ਦੁਨੀਆ ਦੇ ਕੋਨੇ ਕੋਨੇ ਦੇ ਬੈਠੇ ਪੇਂਡੂ ਆਸਟ੍ਰੇਲੀਆ ਦੇ ਪਰਿਵਾਰ ਦੇ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਰ ਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਫੇਰ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੈਂਗਰੂ ਨਾਮਾ ਦਾ ਅਗਲਾ ਐਪੀਸੋਡ। ਅਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਜੁੜੇ ਨੇ ਮਿੰਟੂ ਬਰਾੜ ਬਾਈ ਜੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸੁਖਵੰਤ, ਅਤੇ ਸਾਰੇ ਹੀ ਜਿਹੜੇ ਪੇਂਡੂ ਆਸਟ੍ਰੇਲੀਆ ਦੇ ਦਰਸ਼ਕ ਆ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਉਮੀਦ ਕਰਦੇ ਹਾਂ ਜੀ ਜਿੱਥੇ ਜਿੱਥੇ ਵੀ ਤੁਸੀਂ ਵੱਸਦੇ ਹੋ, ਜਿੱਥੇ ਜਿੱਥੋਂ ਵੀ ਸਾਡੇ ਨਾਲ ਜੁੜਦੇ ਹੋ, ਰੰਗਾਂ 'ਚ ਹੋਵੋਗੇ, ਮੌਜਾਂ 'ਚ ਹੋਵੋਗੇ, ਅਸੀਂ ਤਾਂ ਤੁਹਾਡੇ ਸਾਹਮਣੇ ਹਾਂ, ਮੌਜਾਂ 'ਚ ਹੀ ਹਾਂ ਜਦੋਂ ਤੁਹਾਡੇ ਸਾਹਮਣੇ ਬੈਠੇ ਹਾਂ। ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਖਾਸ ਹੈ। ਖਾਸ ਇਸ ਕਰਕੇ ਹੈ ਵੀ ਬਾਈ ਜੀ ਉਹਨੇ ਕਹਿੰਦੇ ਵੀ ਪਿਛਲੇ 4 ਹਫ਼ਤਿਆਂ ਤੋਂ ਐਪੀਸੋਡ ਅਸੀਂ ਕੀਤੇ ਨਹੀਂ ਸੀ, ਅਤੇ ਅੱਜ ਅਸੀਂ ਬਾਈ ਉਹਨਾਂ ਦੇ ਮੋਟਲ ਜਿਹੜਾ ਨਵਾਂ ਲਿਆ ਕੈਂਗਰੂ ਆਈਲੈਂਡ, ਉਹ 'ਤੇ ਅਸੀਂ ਆਏ ਹਾਂ। ਐਡਲੇਡ ਤੋਂ 120 ਕਿਲੋਮੀਟਰ ਬਾਈ ਜੀ, ਮੈਂ 150 ਕਿਲੋਮੀਟਰ 150 ਕਿਲੋਮੀਟਰ, ਪਹਿਲਾਂ ਫਿਰ 50 ਅਤੇ ਅੱਗੇ। 50 ਕਿਲੋਮੀਟਰ ਗਾਂਹ, ਅਤੇ ਅੱਜ ਅਸੀਂ ਉੱਥੇ ਆਏ ਹਾਂ। ਮੇਰੇ ਨਾਲ ਪਿੱਛੇ ਕੈਮਰੇ ਤੋਂ ਗੁਰਮੀਤ ਢਿੱਲੋਂ ਵੀ ਬੈਠੇ ਨੇ, ਸਾਡੇ ਯਾਰ ਦੋਸਤ, ਉਹ ਵੀ ਨਾਲ ਹੀ ਨੇ। ਗੱਲ ਇਹ ਹੈ ਜੀ ਬਾਈ, ਬਾਈ ਜੀ ਉਹਨੇ ਕਹਿੰਦੇ ਸੀਗੇ ਵੀ ਇਹ ਥੋੜ੍ਹਾ ਟੁੱਟ ਜੂਗਾ ਸਿਲਸਿਲਾ, ਬਿਜ਼ੀ ਹੋ ਗਏ ਸੀ ਕੰਮਾਂ ਕਾਰਾਂ 'ਚ, ਸਾਰੇ ਜਿੱਦਾਂ ਦੱਸਦੇ ਨੇ ਆਪਾਂ ਹੋ ਜੀ ਜਾਂਦੇ ਜੀ ਹਾਂ ਇੱਥੇ, ਪਰ ਤੁਹਾਡਾ ਪਿਆਰ ਹੀ ਇੰਨਾ ਜੀ, ਸਾਨੂੰ ਲੱਗਿਆ ਵੀ ਲੜੀ ਟੁੱਟਣੀ ਨਹੀਂ ਚਾਹੀਦੀ। ਬਿਲਕੁਲ ਬਿਲਕੁਲ ਸਾਨੂੰ ਤੁਹਾਡੇ ਜਿਹੜੇ ਮੈਸੇਜ ਆਉਂਦੇ ਨੇ ਉਹ ਸਾਨੂੰ ਮਤਲਬ ਪੁਸ਼ ਕਰਦੇ ਰਹਿੰਦੇ ਵੀ ਨਹੀਂ ਹਾਲੇ ਨਹੀਂ, ਤੁਸੀਂ ਕੱਢੀ ਜਾਓ, ਅਤੇ ਤੁਸੀਂ ਜਿੰਨੀਆਂ ਵੀ ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਪਿਆਰ ਬਖਸ਼ਦੇ ਹੋ ਉਹ ਸਾਡਾ ਹੌਸਲਾ ਬਣਾ ਕੇ ਰੱਖਦੀਆਂ ਨੇ। ਅਤੇ ਇਹ ਤਾਂ ਕੋਈ ਵੀ ਕੁਛ ਨਹੀਂ ਵੀ 150 ਕਿਲੋਮੀਟਰ ਅਸੀਂ ਚੱਲ ਕੇ ਆ ਗਏ ਹਾਂ, ਜੀ ਜੀ ਅਤੇ ਪਤਾ ਨਹੀਂ ਹੋਰ ਹਾਲੇ ਅਸੀਂ ਕਿੱਥੇ ਕਿੱਥੇ ਜਾਣਾ ਜਾਂ ਕੀ ਕਰਨਾ। ਕਹਿੰਦੇ ਆ ਨਾ ਸੁਖਵੰਤ, ਵੀ ਇਸ਼ਕ ਆ ਜਿਹੜਾ ਬੰਦੇ ਨੂੰ ਉਹ ਹਾਂਜੀ ਨੱਚਣ ਲਾ ਆਉਂਦਾ, ਬਾਜੀ, ਤੇ ਉਹ ਨੱਚਦਾ ਵੀ ਇੰਨਾ ਕੁ ਜ਼ਿਆਦੇ ਸਰੂਰ 'ਚ ਆ ਕੇ ਆ, ਤੇ ਉਹਦੇ ਕਈ ਵਾਰੀ ਉਹਦੇ ਘੁੰਗਰੂ ਆ ਜਿਹੜੇ ਉਹਦੇ ਪੈਰ ਵੱਢ ਦਿੰਦੇ ਆ, ਤੇ ਪੈਰਾਂ 'ਚ ਛਾਲੇ ਹੋ ਜਾਂਦੇ ਆ। ਇਕੱਲੀ ਫਿਲਮੀ ਸੀਨ ਨਹੀਂ ਮੈਂ ਦਿਖਾਉਂਦਾ ਇਹ, ਹਾਂਜੀ ਵੀ ਫਿਲਮਾਂ 'ਚ ਇੱਦਾਂ ਹੁੰਦਾ, ਪਰ ਇਹ ਸੱਚੀ ਗੱਲ ਆ। ਇਹ ਹੋ ਰਿਹਾ ਇਸ਼ਕ ਜੀ, ਕਿਸੇ ਵੀ ਕਿਸਮ ਦਾ ਇਸ਼ਕ ਆ ਜਿਹੜਾ ਤੁਹਾਨੂੰ ਲੱਗ ਗਿਆ, ਤਾਂ ਉਹ ਕਿਤੇ ਨਾ ਕਿਤੇ ਤੁਸੀਂ ਉਹਨੂੰ ਜਨੂੰਨ ਨਾਲ ਹੀ ਉਹਨੂੰ ਨਿਭਾਉਣੇ ਹੋ। ਬਿਲਕੁਲ ਜੀ, ਦੂਜੀ ਗੱਲ ਇਹ ਆ ਵੀ ਜਿਹੜਾ ਇਸ਼ਕ ਦੇ ਵਿੱਚ ਇਸ਼ਕ ਦੀ ਜਿਹੜੀ ਗੱਲ ਚੱਲੀ ਹੈ, ਤਾਂ ਆਪਾਂ ਜ਼ਰੂਰ ਥੋੜ੍ਹੀ ਜਿਹੀ ਗੱਲ ਕਰੀਏ ਵੀ ਇਸ਼ਕ ਦੇ ਮਾਇਨੇ ਬਦਲ ਕੇ ਰੱਖਤੇ ਸਾਡੇ ਲੋਕਾਂ ਨੇ, ਜਾਂ ਕਹਿ ਸਕਦੇ ਹਾਂ ਵੀ ਜਿਨ੍ਹਾਂ ਦੀ ਸੋਚ ਕਿਤੇ ਅਟਕੀ ਹੋਈ ਆ, ਜਾਂ ਉਹਨੂੰ ਜਿਨ੍ਹਾਂ ਨੇ ਇੱਕ ਕਹਿ ਸਕਦੇ ਹੁੰਦੇ ਆ ਵੀ ਹਕੀਕੀ ਅਤੇ ਜਿਹੜਾ ਸਰੀਰਕ ਅਤੇ ਉੱਧਰ ਉਹਨਾਂ ਨੂੰ ਵੰਡਤਾ, ਪਰ ਇਸ਼ਕ ਆ ਜਿਹੜਾ ਉਹ ਬਹੁਤ ਚੀਜ਼ਾਂ ਨਾਲ ਹੋ ਸਕਦਾ। ਇਸ਼ਕ ਤੁਹਾਡਾ ਰੱਬ ਨਾਲ ਹੋ ਸਕਦਾ, ਇਸ਼ਕ ਤੁਹਾਡਾ ਕੰਮ ਨਾਲ ਹੋ ਸਕਦਾ, ਬਿਲਕੁਲ ਕਿਸੇ ਵੀ ਸ਼ੌਕ ਨਾਲ ਹੋ ਸਕਦਾ। ਸੋ ਉਹੀ ਇਸ਼ਕ ਇੱਥੇ ਆ, ਅਤੇ ਉਹ ਇਸ਼ਕ ਕਿਤੇ ਵੀ ਹੋਵੇ, ਹੋਵੇ ਹਕੀਕੀ, ਹਾਂਜੀ, ਥੋੜ੍ਹਾ ਜਿਹਾ ਇਹ ਜ਼ਰੂਰ ਮੰਨਣਾ ਅਸਲ ਹੋਵੇ, ਪੈਂਦਾ, ਅਸਲ ਹੋਵੇ। ਹਾਂਜੀ, ਸੋ ਇਸ਼ਕ ਸਾਡਾ ਬਣਿਆ ਹੋਇਆ ਜੀ ਸਰੋਤਿਆਂ ਨਾਲ, ਬਿਲਕੁਲ ਜੀ, ਸਾਡੇ ਦਰਸ਼ਕਾਂ ਨਾਲ, ਅਤੇ ਉਸੇ ਦਾ ਨਤੀਜਾ ਇਹ ਆਉਂਦਾ ਵੀ ਅਸੀਂ ਵੱਡੀ ਤੋਂ ਵੱਡੀ ਸਮੱਸਿਆ 'ਚ ਵੀ ਆ ਕੇ, ਵੱਡੇ ਤੋਂ ਵੱਡੇ ਕੰਮਾਂ ਦੇ ਬੋਝ ਥੱਲੇ ਵੀ ਆ ਕੇ, ਫੇਰ ਵੀ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ 'ਚ ਤੁਹਾਡੇ ਕੋਲੇ ਹਾਜ਼ਰ ਹੁੰਦੇ ਹਾਂ। ਬਿਲਕੁਲ ਜੀ, ਇਹ ਪਹਿਲਾਂ ਵੀ ਮੇਰੇ 'ਤੇ ਆਉਂਦਾ ਸੀ ਜਦੋਂ ਰੇਡੀਓ ਦੇ ਸ਼ੋਅ ਕਰਦਾ ਸੀ, ਤਾਂ ਕਈ ਵਾਰੀ ਮੈਂ ਦੱਸਦਾ ਸੀ ਦਰਸ਼ ਸਰੋਤਿਆਂ ਨੂੰ ਵੀ ਮੈਂ ਇਸ ਟਾਈਮ ਪੌੜੀ ਲਾ ਕੇ ਰੇਂਜ ਕੱਢ ਕੇ ਆਪਦੀ ਦੂਰ ਦੁਰਾਡੇ ਦੇ ਏਰੀਏ 'ਚੋਂ ਰੇਡੀਓ ਦੇ ਲਈ ਸ਼ੋਅ ਕਰ ਰਿਹਾ, ਅਤੇ ਉਹ ਵੀ ਇੱਕ ਇਸ਼ਕ ਸੀ, ਜਨੂੰਨ ਹੀ ਸੀਗਾ, ਉਹਦੇ ਕਰਕੇ ਹੀ ਕਰਦੇ ਸੀ। ਅੱਜ ਵੀ ਜਦੋਂ ਸਾਡੇ ਕੋਲ ਹੁਣ ਕੁਝ ਇੱਕ ਜਦੋਂ ਸੈਟਅਪ ਦੇ ਦੌਰ 'ਚ ਹੁੰਦੇ ਹਾਂ, ਦੂਰ ਹੁੰਦੇ ਹਾਂ ਜਿਵੇਂ ਸੁਖਵੰਤ ਨੇ ਦੱਸਿਆ, ਅਤੇ ਅੱਜ ਦੂਰ ਹੋਣ ਕਰਕੇ ਸੁਖਵੰਤ ਹੋਰਾਂ ਨੂੰ ਪਹਿਲਾਂ 150 ਕਿਲੋਮੀਟਰ ਕੈਬ ਸਰਵਿਸ ਤੱਕ ਇਹਨਾਂ ਨੇ ਸਫ਼ਰ ਕੀਤਾ, 17 ਕਿਲੋਮੀਟਰ ਫੈਰੀ ਦੇ ਵਿੱਚ ਆਏ, ਬਿਲਕੁਲ ਜੀ, ਫਿਰ ਉਦੋਂ ਬਾਅਦ ਫਿਰ 50 ਕਿਲੋਮੀਟਰ ਇੱਥੇ ਆਏ ਆ, ਅਤੇ ਆ ਕੇ ਚਾਹ ਦਾ ਕੱਪ ਪਿਆ ਕੇ, ਅਤੇ ਹੁਣ ਰਾਤ ਦਾ ਟਾਈਮ ਆ, ਫਿਰ ਵੀ ਉਹਨਾਂ ਨੂੰ ਬਿਠਾ ਲਿਆ ਕਿਉਂਕਿ ਕੱਲ੍ਹ ਨੂੰ ਸ਼ੋਅ ਆਉਣਾ। ਬਿਲਕੁਲ ਜੀ, ਜੇ ਸ਼ੋਅ ਕੱਲ੍ਹ ਤੱਕ ਨਹੀਂ ਆਉਂਦਾ ਤਾਂ ਸਾਡੇ ਮਨਪ੍ਰੀਤ ਸਿੰਘ ਢੀਂਡਸਾ ਸਾਨੂੰ ਉੱਥੋਂ ਲੜ ਰਹੇ ਆ ਵੀ ਮੈਂ ਕਿਹੜੇ ਵੇਲੇ ਐਡਿਟ ਕਰੂੰਗਾ ਅਤੇ ਕਿਹੜੇ ਵੇਲੇ ਪਾਊਂਗਾ। ਸੋ ਇਹ ਪਿਆਰ ਆ ਅਤੇ ਇਸ਼ਕ ਆ ਸਾਰਾ। ਬਿਲਕੁਲ ਜੀ, ਕਹਿਣਾ ਬਹੁਤ ਔਖਾ ਹੁੰਦਾ ਕਿਸੇ ਵਾਸਤੇ ਕਿ ਵੀ ਤੁਹਾਡੇ ਕੀ ਕਰਦੇ ਹੋ, ਪਰ ਇਹ ਚੀਜ਼ਾਂ ਨਹੀਂ ਦੇਖੋ ਛੋਟੀਆਂ ਛੋਟੀਆਂ, ਮਤਲਬ ਹਰ ਵਾਸਤੇ ਨਾ ਕਰਨਾ ਬਹੁਤ ਔਖਾ ਹੁੰਦਾ, ਅਤੇ ਜਿਹੜੀਆਂ ਅਸੀਂ ਮਤਲਬ ਹਟਾਉਂਦੇ ਹਾਂ ਚੀਜ਼ਾਂ ਆਪਣੇ ਮੋਢਿਆਂ 'ਤੇ ਤੁਹਾਨੂੰ ਤੁਹਾਡੇ ਮੂਹਰੇ ਕੁਛ ਨਾ ਕੁਛ ਰੱਖਣ ਵਾਸਤੇ, ਉਹ ਅਸੀਂ ਜਾਣਦੇ ਹਾਂ। ਚਲੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਅੱਜ ਦੇ ਮੁੱਦੇ 'ਤੇ ਆਈਏ। ਜੀ ਅੱਜ ਬਾਈ ਜੀ ਟੌਪਿਕ ਮੈਂ ਕਹਿੰਦਾ ਵੀ ਜਿਹੜਾ ਪਿੱਛੇ ਅਸੀਂ ਛੱਡਿਆ ਸੀ ਸਿੱਖ ਗੇਮਾਂ ਦਾ, ਉਹਦੇ 'ਤੇ ਗਾਂਹ ਰਿਲੇਟਡ ਕਰ ਲਈਏ ਕੁਛ। ਬਿਲਕੁਲ ਬਿਲਕੁਲ, ਖੇਡਾਂ ਦੀ ਗੱਲ ਚੱਲ ਰਹੀ ਸੀ, ਗ੍ਰਿਫਤ ਖੇਡਾਂ ਦੀ ਗੱਲ ਕਰੀਏ ਜੀ। ਬਿਲਕੁਲ ਬਿਲਕੁਲ, ਖੇਡਾਂ ਨਾਲ ਰਿਲੇਟਡ ਹੀ ਹਾਂਜੀ, ਆਪਾਂ ਰੱਖ ਲੈਂਦੇ ਹਾਂ ਸਿੱਖ ਖੇਡਾਂ ਬਾਰੇ ਤੁਹਾਡੇ ਬਹੁਤ ਕਮੈਂਟ ਆਏ ਨੇ, ਬਹੁਤ ਇੱਕ ਐਪੀਸੋਡ ਅਸੀਂ ਮੈਨੂੰ ਲੱਗਦਾ ਉਹ 'ਤੇ ਹੋਰ ਬਣਾਵਾਂਗੇ, ਉਹਦਾ ਕਾਫੀ ਵੱਡਾ ਉਹ ਹੈ ਜੀ ਟੌਪਿਕ ਹੈ, ਕਰਨ ਨੂੰ ਬਹੁਤ ਕੁਛ ਕਰ ਸਕਦੇ ਹਾਂ, ਪਰ ਉਹਦੇ ਨਾਲ ਹੀ ਰਿਲੇਟਡ ਜੇ ਸਿੱਖ ਗੇਮਾਂ ਤੋਂ ਬਾਅਦ ਨਾਮ ਆਉਂਦਾ ਤਾਂ ਉਹ ਹੈ ਗ੍ਰਿਫਤ ਖੇਡਾਂ, ਇਹ ਜੀ ਸ਼ਹੀਦੀ ਖੇਡਾਂ ਕਿਹਾ ਜਾਂਦਾ ਗ੍ਰਿਫਤ ਦੀਆਂ, ਉਹਨਾਂ ਦੇ ਬਾਰੇ ਬਾਈ ਜੀ ਤੁਸੀਂ ਫਿਰ ਕੋਈ ਗੱਲਬਾਤ ਦੱਸੋ। ਬਿਲਕੁਲ ਜੀ, ਜਿਵੇਂ ਤੁਹਾਨੂੰ ਸੁਖਵੰਤ ਨੇ ਦੱਸਿਆ ਵੀ ਸਿੱਖ ਖੇਡਾਂ ਨੂੰ 20-30 ਮਿੰਟਾਂ 'ਚ ਪਰਾਉਣਾ ਕਾਫੀ ਔਖਾ ਸੀ, ਬਿਲਕੁਲ ਜੀ, ਪਰ ਅਸੀਂ ਉਹ ਪਿਛਲੇ 20-30 ਮਿੰਟਾਂ 'ਚ ਅਸੀਂ ਸਾਡਾ ਰੋਲ ਤੁਹਾਨੂੰ ਦੱਸਿਆ ਵੀ ਅਸੀਂ ਕਿੰਨਾ ਕੁ ਉਹਦੇ ਵਿੱਚ ਰੋਲ ਨਿਭਾਇਆ, ਅਤੇ ਉਹਦੇ ਵਿੱਚ ਜਿਵੇਂ ਦੱਸਿਆ ਮੈਂ ਤੁਹਾਨੂੰ ਹਰ ਆਸਟ੍ਰੇਲੀਆ 'ਚ ਵਸਣ ਵਾਲੇ ਪੰਜਾਬੀ ਦਾ ਰੋਲ ਆ,
ਤੇ ਉਹਨਾਂ ਹਰ ਇੱਕ ਦੀ ਆਪਣੀ ਸਟੋਰੀ ਆ ਸੋ ਉਸ ਕਰਕੇ ਉਹ ਬਹੁਤ ਵੱਡਾ ਪਰ ਆਪਾਂ ਜਦੋਂ ਖੇਡਾਂ ਦੀ ਗੱਲ ਹੀ ਚਲਾਈ ਆ ਤਾਂ ਖੇਡਾਂ ਦੀ ਗੱਲ 'ਚ ਮੈਂ ਜਿਹੜੀ ਅੱਗੇ ਜਿਹੜੀ ਲੜੀ ਦੀ ਜਿਵੇਂ ਗੱਲ ਦੱਸੀ ਸੁਖਵੰਤ ਨੇ ਗ੍ਰਿਫਤ ਖੇਡਾਂ ਦੀ ਉਹਦੇ ਬਾਰੇ ਮੈਂ ਪਹਿਲਾਂ ਥੋੜ੍ਹਾ ਜਿਹਾ ਤਾਂ ਸਾਡੇ ਦਰਸ਼ਕਾਂ ਨੂੰ ਦੱਸਦਿਆਂ ਵੀ ਗ੍ਰਿਫਤ ਖੇਡਾਂ ਕੀ ਆ ਜਾਂ ਸ਼ਹੀਦੀ ਟੂਰਨਾਮੈਂਟ ਕੀ ਆ ਦੇਖੋ ਅਸਲ 'ਚ ਉਹਨਾਂ ਖੇਡਾਂ ਦਾ ਨਾਂ ਹੈਗਾ ਸ਼ਹੀਦੀ ਟੂਰਨਾਮੈਂਟ ਠੀਕ ਆ ਜੀ ਉਹ ਸ਼ਹੀਦਾਂ ਦੀ ਯਾਦ 'ਚ ਸ਼ੁਰੂ ਹੋਇਆ ਸੀ ਉਹਦੇ ਵੀ ਦੱਸਾਂਗੇ ਕਾਰਨ ਇਸ ਕਰਕੇ ਉਹ ਅੱਜ ਤੋਂ ਤਕਰੀਬਨ 24-25 ਵਰੇ ਪਹਿਲਾਂ ਉਹ ਸ਼ੁਰੂ ਹੋਇਆ ਠੀਕ ਆ ਅਤੇ ਉਹ ਟੂਰਨਾਮੈਂਟ ਦੂਜਾ ਸਭ ਤੋਂ ਵੱਡਾ ਟੂਰਨਾਮੈਂਟ ਆ ਆਸਟ੍ਰੇਲੀਆ ਦੇ ਵਿੱਚ ਜੇ ਕਿਹਾ ਜਾਵੇ ਤਾਂ ਸਿੱਖ ਗੇਮਾਂ ਤੋਂ ਬਾਅਦ ਅਤੇ ਜੇ ਗ੍ਰਿਫਤ ਦੀ ਗੱਲ ਆਉਂਦੀ ਆ ਉੱਥੇ ਤਾਂ ਗ੍ਰਿਫਤ ਇੱਕ ਟਾਊਨ ਆ ਜੀ ਛੋਟਾ ਜਿਹਾ ਕਸਬਾ ਜਿਹੜਾ ਕਿ ਨਿਊ ਸਾਊਥ ਵੇਲਸ 'ਚ ਆਉਂਦਾ ਜਾਣੀ ਕਿ ਜਿਸ ਰਾਜਧਾਨੀ ਸਿਡਨੀ ਆ ਪਰ ਉਹ ਵਿਕਟੋਰੀਆ ਦਾ ਵੀ ਬਾਰਡਰ ਲੱਗਦਾ ਸਾਊਥ ਆਸਟ੍ਰੇਲੀਆ ਵੀ ਨੇੜੇ ਜਾ ਲੱਗਦਾ ਉੱਥੇ ਅਤੇ ਤਕਰੀਬਨ ਇੱਕ ਨਾ ਸੈਂਟਰਲ ਜਾਂ ਇੱਕ ਪਿੰਡ ਆ ਜਿਹਨੂੰ ਕਹਿ ਸਕੀਏ ਅਤੇ ਉਹ ਪਿੰਡ ਬਹੁਤ ਹੀ ਸੋਹਣੇ ਥਾਂ 'ਤੇ ਬਣਿਆ ਅਤੇ ਉੱਥੋਂ ਦੀ ਜਿਹੜੀ ਜ਼ਮੀਨ ਆ ਉੱਥੇ ਪੰਜਾਬੀਆਂ ਨੇ ਆ ਕੇ ਕਾਫੀ ਪਹਿਲਾਂ ਵਾਸਾ ਕਰਿਆ ਕਾਰਨ ਕੀ ਆ ਉੱਥੋਂ ਦੀ ਜ਼ਮੀਨ ਬੜੀ ਤਕੜੀ ਜ਼ਮੀਨ ਆ ਪੱਧਰ ਜ਼ਮੀਨ ਆ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਜਿਹੜਾ ਬੰਦੇ ਨੂੰ ਐਂ ਲੱਗਦਾ ਵੀ ਆਸਟ੍ਰੇਲੀਆ 'ਚ ਸੂਏ ਕੱਸੀਆਂ ਦਾ ਪਾਣੀ ਤਾਂ ਲੱਗਦਾ ਹੀ ਨਹੀਂ ਆਉਣਾ ਖਾਲਾਂ ਦਾ ਪਾਣੀ ਜਿਹਨੂੰ ਫਲੱਡ ਇਰੀਗੇਸ਼ਨ ਕਹਿੰਦੇ ਆ ਪਰ ਗ੍ਰਿਫਤ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਵੀ ਉੱਥੇ ਜਿਹੜਾ ਖੁੱਲ੍ਹਾ ਪਾਣੀ ਲੱਗਦਾ ਬਹੁਤ ਸਾਰੇ ਬੰਬੀਆਂ ਚੱਲਦੀਆਂ ਦੇਖ ਸਕਦੇ ਹੋ ਤੁਸੀਂ ਆਮ ਹੀ ਕਿਹਾ ਜਾਂਦਾ ਹੈ ਕਿ ਵੀ ਉੱਥੇ ਇੰਨਾ ਹੀ ਜਰਖੇਜ਼ ਜ਼ਮੀਨ ਹੈ ਕਿ ਬੰਦਾ ਵੀ ਵੱਢ ਕੇ ਗੜ ਦਿਉ ਤਾਂ ਉਹ ਵੀ ਜਿੰਦਾ ਹੋ ਜਾਂਦਾ ਉਹ ਉੱਥੇ ਆਪਾਂ ਪਿੱਛੇ ਜੇ ਕੰਗ ਫੈਮਿਲੀ ਦਾ ਇੱਕ ਅੰਗੂਰਾਂ ਦੇ ਬਾਗ ਦਾ ਜਦੋਂ ਪਿਛਲੀਆਂ ਤੋਂ ਪਿਛਲੀਆਂ ਗ੍ਰਿਫਤ ਖੇਡਾਂ ਵੇਲੇ ਇੱਕ ਅਸੀਂ ਐਪੀਸੋਡ ਵੀ ਬਣਾ ਕੇ ਪਾਇਆ ਸੀ ਉਹ ਬਹੁਤ ਪਸੰਦ ਕੀਤਾ ਸੀ ਲੋਕਾਂ ਨੇ ਉੱਥੇ ਕਿਵੇਂ ਉਹ ਪੱਧਰ ਜ਼ਮੀਨ ਆ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਹੁਣ ਤੱਕ ਦੇਖੀ ਆ ਉੱਚੀ ਨੀਵੀਂ ਜ਼ਮੀਨ ਆ ਸਾਰੇ ਕਿਤੇ ਅਤੇ ਉਵੇਂ ਇਰੀਗੇਟ ਹੁੰਦੀ ਆ ਪਰ ਉੱਥੇ ਆ ਜਿਹੜੀ ਉੱਥੇ ਪੱਧਰ ਜ਼ਮੀਨ ਆ ਅਤੇ ਖੁੱਲ੍ਹਾ ਪਾਣੀ ਲੱਗਦਾ ਗਾ ਅਤੇ ਕੁਝ ਇੱਕ ਏਰੀਆ ਦੇ ਨੇੜੇ ਕਪਾਹ ਨਰਮਾ ਬੜਾ ਸੋਹਣਾ ਹੁੰਦਾ ਹਾਂਜੀ ਝੋਨਾ ਵੀ ਉੱਥੇ ਹੁੰਦਾ ਕਈ ਲੋਕਾਂ ਨੂੰ ਪਤਾ ਨਹੀਂ ਆਸਟ੍ਰੇਲੀਆ 'ਚ ਝੋਨਾ ਹੁੰਦਾ ਪਰ ਉੱਥੇ ਹੁੰਦਾ ਸੋ ਗ੍ਰਿਫਤ ਇੱਕ ਪਿੰਡ ਆ ਜੀ ਛੋਟਾ ਜਿਹਾ ਟਾਊਨ ਆ ਉਸ ਟਾਊਨ ਦੇ ਵਿੱਚ ਸਾਡੀਆਂ ਕੁਝ ਇੱਕ ਪਰਿਵਾਰ ਆ ਕੇ ਵੱਸਣ ਲੱਗੇ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਤਾਂ ਉਸ ਤੋਂ ਬਾਅਦ ਕੀ ਹੋਇਆ ਪੰਜਾਬ ਦਾ ਜਿਹੜਾ ਬੁਰਾ ਦੌਰ ਆਇਆ ਜਿਹਦੇ ਵਿੱਚ ਪੰਜਾਬ 'ਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਦੇਣੀਆਂ ਪਈਆਂ ਸ਼ਹੀਦੀਆਂ ਜਿਵੇਂ ਨਾ ਜਿਵੇਂ ਬਹੁਤ ਸਾਰੇ ਉਹਦੇ ਕਾਰਨ ਹੋਏ ਬਿਲਕੁਲ ਤਾਂ ਉੱਥੋਂ ਜਿਹੜਾ ਇਹ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਸਾਡੇ ਭਾਈ ਰਣਜੀਤ ਸਿੰਘ ਸ਼ੇਰਗਿੱਲ ਹੋਰੇ ਅੱਜ ਕੱਲ੍ਹ ਨਹੀਂ ਰਹੇ ਇਸ ਦੁਨੀਆ 'ਤੇ ਉਹਨਾਂ ਦੇ ਬ੍ਰਦਰ ਦੀ ਕਿਰਾਂ ਜਾਚ 'ਚ ਉਹਨਾਂ ਨੇ ਕੁਝ ਇੱਕ ਸੱਜਣਾ ਮਿੱਤਰਾਂ ਨੇ ਰਲ ਕੇ ਇਹ ਉਪਰਾਲਾ ਸ਼ੁਰੂ ਕੀਤਾ ਅਤੇ ਫਿਰ ਹੌਲੀ ਹੌਲੀ ਉਹ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਹ ਟੂਰਨਾਮੈਂਟ ਨੂੰ ਕਰਾਉਣਾ ਸ਼ੁਰੂ ਕੀਤਾ ਅਤੇ ਉਹਦੀਆਂ ਪੱਕੀਆਂ ਤਰੀਕਾਂ ਰੱਖ ਲਈਆਂ ਤਰੀਕਾਂ ਉਹਦੀਆਂ ਇਹ ਨਹੀਂ ਰੱਖੀਆਂ ਵੀ ਇੰਨੀ ਤਰੀਕ ਆ ਤਰੀਕਾਂ ਉਹਦੀਆਂ ਇੱਥੇ ਜਦੋਂ ਕੁਈਨ ਐਲਿਜ਼ਾਬੈਥ ਦਾ ਜਨਮ ਦਿਨ ਮਨਾਇਆ ਜਾਂਦਾ ਉਦੋਂ ਲੌਂਗ ਵੀਕਐਂਡ ਹੁੰਦਾ ਜਾਣੀ ਕਿ ਉਦੋਂ ਇੱਕ ਸੋਮਵਾਰ ਦੀ ਵੀ ਛੁੱਟੀ ਹੁੰਦੀ ਆ ਤਾਂ ਫਿਰ ਕੀ ਕਰਦੇ ਆ ਵੀ ਸਾਰਿਆਂ ਨੂੰ ਆਉਣਾ ਜਾਣਾ ਸੌਖਾ ਰਹੇ ਅਤੇ ਇਸ ਲਈ ਉਹ ਲੌਂਗ ਵੀਕਐਂਡ 'ਤੇ ਸਿੱਖ ਖੇਡਾਂ 3 ਦਿਨਾਂ ਦੀਆਂ ਹੁੰਦੀਆਂ ਗ੍ਰਿਫਤ ਖੇਡਾਂ 2 ਦਿਨਾਂ ਦੀਆਂ ਹੁੰਦੀਆਂ ਇੰਨਾ ਕੁ ਫਰਕ ਆ ਉਹਨਾਂ ਦੇ ਵਿੱਚ ਉਹ 2 ਦਿਨਾਂ ਦੀਆਂ ਖੇਡਾਂ ਮੈਲਬਰਨ ਤੋਂ ਵੀ ਤਕਰੀਬਨ 400-500 ਕਿਲੋਮੀਟਰ ਪੈਂਦੇ ਆ ਸਿਡਨੀ ਤੋਂ ਵੀ ਇੰਨਾ ਕੁ ਐਡਲੇਡ ਤੋਂ 700-800 ਕਿਲੋਮੀਟਰ ਪੈਂਦਾ ਵੀ ਉਹ ਇੱਕ ਸੈਂਟਰਲ ਜਿਹਾ ਪੁਆਇੰਟ ਆ ਜਾਂਦਾ ਕੈਨਬਰਾ ਤੋਂ 300-400 ਰਹਿ ਜਾਂਦਾ ਸੋ ਉੱਥੇ ਉਹ ਟੂਰਨਾਮੈਂਟ ਹੁੰਦੇ ਨੂੰ ਤਕਰੀਬਨ ਆ 25 ਸਾਲ ਹਾਂਜੀ 24ਵਾਂ ਕਰੋਨਾ ਦੀ ਭੇਂਟ ਚੜਿਆ ਪਹਿਲੀ ਵਾਰ ਨਾਗਾ ਪਿਆ ਜਿਵੇਂ ਸਿੱਖ ਖੇਡਾਂ 'ਚ 33ਵਾਂ ਦਾ ਨਾਗਾ ਪਿਆ ਇਹਦਾ ਨਾਗਾ ਪਿਆ 24ਵਾਂ ਦਾ ਅਤੇ ਇਹ ਖੇਡਾਂ ਨਹੀਂ ਰੈਗੂਲਰ ਹਰ ਸਾਲ ਕੁਈਨ ਐਲਿਜ਼ਾਬੈਥ ਦੇ ਜਨਮ ਦਿਨ ਦੇ ਮੌਕੇ 'ਤੇ ਜਿਹੜਾ ਕਿ ਜੂਨ ਮਹੀਨੇ 'ਚ ਆਉਂਦਾ ਜ਼ਿਆਦਾਤਰ ਜੂਨ ਦੇ ਪਹਿਲੇ ਦੂਜੇ ਹਫ਼ਤਿਆਂ 'ਚ ਆਉਂਦਾ 10-12 ਜੂਨ ਨੂੰ ਹੁੰਦਾ ਕਿਤੇ 15 ਨੂੰ ਹੁੰਦਾ ਕਿਤੇ 8-7 ਨੂੰ ਹੁੰਦਾ ਸੋ ਇਸ ਲਈ ਸਭ ਨੂੰ ਯਾਦ ਰਹਿੰਦਾ ਸਭ ਨੂੰ ਛੁੱਟੀ ਹੁੰਦੀ ਆ ਲੌਂਗ ਵੀਕਐਂਡ ਦੀ ਅਤੇ ਫਿਰ ਉਹ ਉੱਥੇ ਲੋਕ ਆਉਂਦੇ ਆ ਮੇਰੇ ਦੇਖਦੇ ਦੇਖਦੇ ਗ੍ਰਿਫਤ ਖੇਡਾਂ 'ਚ 5,000 ਬੰਦਾ ਆਉਂਦਾ ਹੁੰਦਾ ਸੀ ਜਦੋਂ ਮੈਂ 7-8 'ਚ ਇੱਥੇ ਆਇਆ ਪਰ ਹੁਣ ਉਹ ਅੰਕੜਾ 25,000 ਤੱਕ ਪਹੁੰਚ ਗਿਆ ਸੀਗਾ ਇੱਦੂ ਵੀ ਜ਼ਿਆਦਾ ਵੀ ਸੀ ਗ੍ਰਿਫਤ ਖੇਡਾਂ ਨੂੰ ਵੀ ਸਰਕਾਰ ਵੱਲੋਂ ਜਾਂ ਲੋਕਲ ਗ੍ਰਿਫਤ ਦੀ ਕੌਂਸਲ ਨੇ ਵੀ ਪਛਾਣਨਾ ਸ਼ੁਰੂ ਕਰਤਾ ਉਹਨਾਂ ਨੇ ਵੀ ਗ੍ਰਾਂਟਾਂ ਬਹੁਤ ਸੋਹਣੀਆਂ ਦੇਣੀਆਂ ਸ਼ੁਰੂ ਕੀਤੀਆਂ ਉਹਨਾਂ ਖੇਡਾਂ ਦੀ ਜਿਹੜੀ ਇੱਕ ਵੱਡੀ ਜਿਹੜੀ ਕਹਿ ਸਕਦੇ ਹਾਂ ਕੁਆਲਿਟੀ ਜਾਂ ਉਹਦੀ ਬਿਊਟੀ ਜਾਂ ਉਹਨਾਂ ਦਾ ਇੱਕ ਚੰਗਾਪਣ ਜਿਹਨੂੰ ਕਹੀਏ ਉਹ ਇਹ ਆ ਜੀ ਵੀ ਉੱਥੇ ਨਾ ਇੱਕ ਤੁਹਾਨੂੰ ਆਓ ਭਗਤ ਆ ਜਿਹੜੀ ਮੇਜ਼ਬਾਨੀ ਉਹ ਜਿਵੇਂ ਪੰਜਾਬ ਦੇ ਪਿੰਡਾਂ ਵਾਲੀ ਹੁੰਦੀ ਆ ਉਹ ਮਿਲਦੀ ਆ ਅਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੁੰਦੀ ਆ ਵੀ 100-200 ਫੈਮਿਲੀ ਆ ਉੱਥੇ ਜਿਹੜੀ ਸਾਡੀ ਪੰਜਾਬੀਆਂ ਦੀ ਉਹ 20,000 ਬੰਦੇ ਨੂੰ ਜੀਆਂ ਕਹਿੰਦੀ ਆ ਸਿਰਫ ਆਪਦੀ ਹੱਥੀਂ ਮਿਹਨਤ ਕਰਕੇ ਇੱਕ ਮਹੀਨਾ ਪਹਿਲਾਂ ਗ੍ਰਿਫਤ ਦੇ ਵਿੱਚ ਕੜਾਹੀਆਂ ਚੜ੍ਹ ਜਾਂਦੀਆਂ ਬੋਲੇ ਗ੍ਰਿਫਤ ਦੇ ਵਿੱਚ ਤੁਹਾਨੂੰ ਲੱਡੂ ਬਰਫੀ ਜਾਂ ਜੋ ਵੀ ਹੱਥ ਦੇ ਬਣੇ ਸਮੋਸੇ
ਸ਼ੱਕਰ ਪਾਰੇ, ਸ਼ੱਕਰ ਪਾਰੇ ਜਿਹੜਾ ਵਿਆਹਾਂ 'ਚ ਸੀਰਨੀਆਂ ਆਉਂਦੀਆਂ, ਉਹ ਚੀਜ਼ਾਂ ਤੁਹਾਨੂੰ ਗ੍ਰਿਫਤ ਜਦੋਂ ਮਿਲਦੀਆਂ ਖਾਣ ਪੀਣ ਨੂੰ, ਤਾਂ ਤੁਸੀਂ ਹੈਰਾਨ ਹੁੰਦੇ ਹੋ ਕਿ ਕਿੱਥੋਂ ਆਉਂਦੀਆਂ। ਉਹ ਆਉਂਦੀਆਂ ਜਿਹੜੇ ਉੱਥੋਂ ਦੇ ਬਛਿੰਦੇ ਆ, ਉਹਨਾਂ ਦੀ ਬੀਬੀਆਂ ਦੀ ਮਿਹਨਤ, ਦਿਨ ਰਾਤ ਇੱਕ ਮਹੀਨਾ ਦੋ ਮਹੀਨੇ ਪਹਿਲਾਂ ਆ ਕੇ ਗੁਰੂ ਘਰਾਂ ਦੇ ਵਿੱਚ ਕੜਾਹੇ ਚੜ੍ਹਦੇ ਆ ਅਤੇ ਉਹ ਚੀਜ਼ਾਂ ਬਣਦੀਆਂ। ਫਰੂਟ ਸਾਰੇ ਲੋਕ ਜਿਵੇਂ ਸਿੱਖ ਖੇਡਾਂ 'ਚ ਦਿੰਦੇ ਆ ਉਹ ਦਿੰਦੇ ਆ। ਅਤੇ ਇੱਕ ਸਭ ਤੋਂ ਵੱਡੀ ਗੱਲ, ਉੱਥੇ ਜੂਨ ਜੁਲਾਈ 'ਚ ਠੰਡ ਬਹੁਤ ਹੁੰਦੀ ਆ। ਹਾਂਜੀ, ਮੈਂ ਇਹ ਵੀ ਕਹਿਣ ਲੱਗਿਆ ਸੀਗਾ ਵੀ ਆਪਣੇ ਬੰਦੇ ਜਿਹੜੇ ਦਰਸ਼ਕ ਇੰਡੀਆ ਨੇ ਉਹ ਸੋਚਦੇ ਵੀ ਗਰਮੀ 'ਚ ਕਰਕੇ ਜਿੱਦਾਂ ਸਾਡੇ ਹੁੰਦਾ ਉੱਥੇ, ਇੱਥੇ ਬਹੁਤ ਠੰਡ ਹੁੰਦੀ ਹੈ, ਜ਼ਿਆਦਾ ਧੁੰਦ ਵੀ ਪੈਂਦੀ ਹੁੰਦੀ ਹੈ ਬਹੁਤ, ਉਦੋਂ ਠੰਡ ਪੈਂਦੀ ਆ, ਤਰੇਲ ਪੈਂਦੀ ਆ, ਅਤੇ ਸੁਬਾਹ ਸੁਬਾਹ ਜਦੋਂ ਤੁਹਾਨੂੰ ਉੱਥੇ ਨਾ ਪਰੌਂਠੇ ਮਿਲਦੇ ਆਲੂ ਵਾਲੇ ਪੰਗਤ 'ਚ ਬੈਠ ਕੇ ਗਰਾਊਂਡ 'ਚ ਹੀ, ਤੁਹਾਨੂੰ ਗਰਮਾ ਗਰਮ ਸਮੋਸੇ, ਬ੍ਰੈਡ ਪਕੌੜੇ, ਗਰਮਾ ਗਰਮ ਚਾਹ ਨਾਲ ਲੱਡੂ, ਅਤੇ ਇੰਨਾ ਕੁਛ ਖਾਣ ਨੂੰ ਮਿਲਦਾ ਤੜਕੇ ਤੜਕੇ 8 ਵਜੇ ਜਦੋਂ ਆ ਕੇ ਗਰਾਊਂਡ 'ਚ ਖੜ੍ਹਦੇ ਆ ਲੋਕ, ਤਾਂ ਉਹ ਹੈਰਾਨ ਹੁੰਦੇ ਆ। ਉਹ ਘਰ ਦਾ ਉਹਦੇ 'ਚ ਸਵਾਦ ਆ ਕਿਉਂਕਿ ਉਹਨਾਂ 'ਚ ਪਿਆਰ ਨਾਲ ਬਣਾਇਆ ਹੋਇਆ, ਅਤੇ ਉਹ ਜਿਵੇਂ ਅਕਸਰ ਹੀ ਕਹਿੰਦੇ ਆ ਵੀ ਖਾਣਾ ਚੀਜ਼ ਹੀ ਐਸਾ ਵੀ ਜੇ ਦਿਲੋਂ ਬਣੇ ਤਾਂ ਹੀ ਸਵਾਦ ਬਣਦਾ, ਅਤੇ ਉਹ ਚੀਜ਼ਾਂ ਨੂੰ ਲੋਕ ਇੰਜੋਏ ਕਰਦੇ ਆ। ਲੋਕ ਸ਼ਹਿਰਾਂ ਦੀ ਲਾਈਫ 'ਚੋਂ ਆ ਕੇ ਪਿੰਡ ਦੀ ਲਾਈਫ ਨੂੰ ਇੰਜੋਏ ਕਰਦੇ ਆ, ਫਿਰ ਦਿਨ ਦੇ ਟਾਈਮ 2 ਦਿਨ ਬਹੁਤ ਵਧੀਆ ਖੇਡਾਂ ਹੁੰਦੀਆਂ, ਪਹਿਲੇ ਦਿਨ ਬੜੇ ਸੋਹਣੇ ਮੈਚ ਹੁੰਦੇ ਆ, ਦੂਜੇ ਦਿਨ ਫਾਈਨਲ ਮੈਚ, ਅਤੇ ਕੁਛ ਇੱਕ ਅਟਰੈਕਸ਼ਨ ਜਿਹੜੀਆਂ ਹੁੰਦੀਆਂ ਉਹ ਹੁੰਦੀਆਂ, ਹੋਰ ਵੀ ਉੱਥੇ ਦੁਕਾਨਾਂ ਲੱਗਦੀਆਂ ਜਿਵੇਂ ਮੇਲਿਆਂ 'ਚ ਲੱਗਦੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ। ਅੱਜ ਕੱਲ੍ਹ ਤਾਂ ਨਾਲ ਹੋਰ ਵੀ ਜਿਹੜੇ ਦਾਨੀ ਸੱਜਣ ਆਉਣ ਲੱਗ ਗਏ ਬਾਬਾ ਵਿਧੀ ਚੰਦ ਗੁਰਦੁਆਰਾ ਸਾਹਿਬ ਵਾਲੇ ਮੈਲਬਨ ਤੋਂ, ਅੱਡ ਲੰਗਰ ਇੱਕ ਸਪੈਸ਼ਲ ਚੀਜ਼ਾਂ ਦਾ ਲਾਉਣ ਲੱਗ ਗਏ, ਬਹੁਤ ਵਧੀਆ ਚੀਜ਼ਾਂ ਉਹ ਦਿੰਦੇ ਆ ਵੀ, ਜਾਣੀ ਕਿ ਇੱਕ ਐਡਾ ਕੁ ਪਿਆਰਾ ਮਾਹੌਲ ਹੁੰਦਾ। ਅਤੇ ਉਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸੀ ਵੀ ਉਹਦੇ 'ਚ ਅਸੀਂ ਕਿਤਾਬਾਂ ਦਾ ਮਾਹੌਲ ਵੀ ਜੋੜਿਆ। ਹਾਂਜੀ, ਅਸੀਂ ਸਿੱਖ ਖੇਡਾਂ ਤੋਂ ਬਾਅਦ ਉੱਥੇ ਕਿਤਾਬਾਂ ਦੀ ਸਟਾਲ ਮੰਗ ਕੇ ਲਾਈ, ਅਤੇ ਬੜਾ ਸੋਹਣਾ ਲੋਕਾਂ ਨੇ ਕਿਤਾਬਾਂ ਨੂੰ ਹੁੰਗਾਰਾ ਦਿੱਤਾ। 2 ਦਿਨਾਂ ਦਾ ਉਹ ਮੇਲਾ ਹੁੰਦਾ, ਉਹਦੇ ਜਿਹੜੇ ਨੈਗੇਟਿਵ ਪੁਆਇੰਟ ਜਿਹੜੇ ਆਉਂਦੇ ਆ, ਜਿਹੜੇ ਕਿ ਪ੍ਰੋਬਲਮਸ ਆਉਂਦੀਆਂ, ਉਹ ਪ੍ਰੋਬਲਮ ਸਭ ਤੋਂ ਵੱਡੀ ਆਉਂਦੀ ਆ ਜੀ ਉੱਥੇ ਰਹਿਸ਼ ਹੈ ਨਹੀਂ, ਉੱਥੇ ਗਿਣਤੀ ਦੇ ਹੋਟਲ ਮੋਟਲ ਆ, ਅਤੇ ਉਹ ਸਾਰੇ ਆਲਰੇਡੀ ਫੁੱਲ ਹੋ ਜਾਂਦੇ ਆ। ਲੋਕ ਕੀ ਕਰਦੇ ਆ, ਜਿਵੇਂ ਜੂਨ 'ਚ ਖੇਡਾਂ ਫਿਨਿਸ਼ ਹੋਈਆਂ, ਉੱਥੋਂ ਚੈੱਕਆਊਟ ਕਰਨ ਤੋਂ ਪਹਿਲਾਂ ਅਗਲੇ ਸਾਲ ਦੀ ਬੁਕਿੰਗ ਕਰਾ ਦਿੰਦੇ ਆ, ਅਤੇ ਉਹ ਕਮਰੇ ਆਲਰੇਡੀ ਪਹਿਲਾਂ ਹੀ ਵਿਕ ਜਾਂਦੇ ਆ। ਬੰਦਾ ਜਿਹੜਾ ਨਵਾਂ ਬੰਦਾ ਪਹਿਲੀ ਵਾਰ ਗ੍ਰਿਫਤ ਨਾਲ ਜੁੜਦਾ, ਅਤੇ ਉਹਨੂੰ ਬੜਾ ਇਹ ਗਿਲਾ ਰਹਿੰਦਾ ਵੀ ਮੈਨੂੰ ਉੱਥੇ ਰਹਿਣ ਨੂੰ ਥਾਂ ਨਹੀਂ ਮਿਲਿਆ। 150 ਤੋਂ 200 ਕਿਲੋਮੀਟਰ ਦੂਰ ਦੇ ਮੋਟਲ ਵੀ ਬੁੱਕ ਹੁੰਦੇ ਆ। ਹੁਣ ਮੈਂ 700 ਕਿਲੋਮੀਟਰ ਐਡੀਲੇਡ ਤੋਂ ਜਾਣਾ, ਅਤੇ ਮੈਂ 700 ਤੜਕੇ ਜਾ ਕੇ ਗੇਮਾਂ ਦੇਖਣ ਨਾਲ ਬਿਹਤਰ ਆ 200 ਕਿਲੋਮੀਟਰ ਦੂਰ ਹੋਟਲ ਲੈ ਕੇ ਵੀ ਰਹਿਣਾ ਪਸੰਦ ਕਰੂੰਗਾ, ਵੀ 2 ਘੰਟਿਆਂ 'ਚ ਉੱਥੋਂ ਜਾ ਵੜੂੰਗਾ, ਸ਼ਾਮ ਨੂੰ 2 ਘੰਟਿਆਂ 'ਚ ਆ ਜਾਊਂਗਾ। ਸੋ ਕਿੰਨੀ ਉਹਨੀ ਉਹ ਹੋਊਗੀ, ਉਹਦੇ ਪ੍ਰਤੀ ਖਿੱਚ ਹੋਊਗੀ ਸਾਡੇ ਲੋਕਾਂ ਦੀ ਵੀ, ਜਿਹੜੇ ਇੰਨੀ ਦੂਰ ਤੱਕ ਹੋਟਲ ਮੋਟਲ ਵੀ ਬੁੱਕ ਕਰ ਦਿੰਦੇ ਆ, ਉਹ ਕਰਕੇ ਥੋੜ੍ਹਾ ਜਿਹਾ ਦਿੱਕਤ ਆਉਂਦੀ ਆ ਉੱਥੇ ਜਾਣ ਦੀ। ਦੂਜੀ ਫਿਰ ਉੱਥੇ ਇੱਕ ਬਹੁਤ ਵੱਡੀ ਜਿਹੜੀ ਲੋਕ ਕਹਿੰਦੇ ਆ ਵੀ ਉੱਥੇ ਜਿਹੜੇ ਜਾਂਦੇ ਆ ਉਹ ਚਲਾਨ ਬੜੇ ਕਰਾ ਕੇ ਆਉਂਦੇ ਆ, ਜੁਰਮਾਨੇ ਬੜੇ ਕਰਵਾ ਕੇ ਆਉਂਦੇ ਆ। ਅੱਛਾ ਜੀ, ਉੱਥੋਂ ਦੀ ਮੈਂ ਕੌਂਸਲ ਨਾਲ ਗੱਲ ਕੀਤੀ, ਉੱਥੋਂ ਦੀ ਪੁਲਿਸ ਨਾਲ ਗੱਲ ਕੀਤੀ ਇੱਕ ਵਾਰੀ, ਉਹ ਆਹਦੇ ਕਹਿੰਦੇ ਵੀ ਸਾਡੇ ਕੋਲ ਇਹੀ ਕਮਾਈ ਦਾ ਸਾਧਨ ਆ, ਤੁਹਾਡੇ ਲੋਕ ਸਪੀਡ ਨਾਲ ਵੀ ਗੱਡੀਆਂ ਚਲਾ ਲੈਂਦੇ ਆ ਕਈ ਵਾਰੀ, ਪਹਿਲਾਂ ਤਾਂ ਉੱਥੇ ਵੈਸੇ ਤਾਂ ਸ਼ਹੀਦੀ ਟੂਰਨਾਮੈਂਟ ਹੋ ਕੇ ਹੋਣ ਕਾਰਨ ਉੱਥੇ ਸਟ੍ਰਿਕਟਲੀ ਕੋਈ ਵੀ ਨਸ਼ਾ ਨਹੀਂ ਅਲਾਓ ਕੀਤਾ ਜਾਂਦਾ, ਪਰ ਲੋਕ ਜੇ ਕੋਈ ਬਾਹਰ ਅੰਦਰ ਪੀ ਲਈ ਜਾਂ ਜੇ ਕਿਸੇ ਨੇ ਹੋਰ ਜੰਘਦੇ ਨੇ, ਫੜਦੇ ਕਿੱਥੇ ਨਹੀਂ ਆ, ਹਾਂਜੀ ਉਹ ਵੀ ਫਿਰ ਨੁਕਸਾਨ ਕਰਾ ਜਾਂਦੇ ਆ, ਅਤੇ ਉਹ ਵੀ ਇੱਕ ਨੈਗੇਟਿਵ ਪੁਆਇੰਟ ਆ ਉੱਥੇ। ਪਰ ਜਿਹੜੀਆਂ ਹੋਰ ਵਧੀਆ ਗੱਲਾਂ, ਜਿਹਨਾਂ ਉੱਥੇ ਭਾਈਚਾਰਕ ਮੇਲ ਹੁੰਦਾ ਜਾਂ ਭਾਈਚਾਰਕ ਗੱਲਾਂ ਆਉਂਦੀਆਂ, ਉਹਨਾਂ ਦੇ ਵਿੱਚ ਮੇਰੇ ਦਿਮਾਗ 'ਚ ਨਾ ਕੁਝ ਇੱਕ ਨਿੱਕੇ ਨਿੱਕੇ ਜਿਹੜੇ ਗ੍ਰਿਫਤ ਖੇਡਾਂ ਦੇ ਜਿਹੜੇ ਇੰਸੀਡੈਂਟ ਜੁੜੇ ਹੋਏ ਆ। ਹਾਂਜੀ, ਪਹਿਲੀ ਗੱਲ ਤਾਂ ਵੀ ਮੈਂ ਉੱਥੇ ਜੋ ਜਾਣਾ ਅਤੇ ਮੈਨੂੰ ਬੜਾ ਚੰਗਾ ਲੱਗਦਾ ਉੱਥੋਂ ਦੇ ਜਿਹੜੇ ਲੋਕਲ ਸੱਜਣ ਮਿੱਤਰ ਆ ਉਹਨਾਂ ਨੂੰ ਮਿਲਣਾ, ਅਤੇ ਦੂਰੋਂ ਦੂਰੋਂ ਲੋਕ ਵੀ ਮਿਲਣ ਆਉਂਦੇ। ਅਸੀਂ ਉੱਥੇ ਆਪਦਾ ਇੱਕ ਮੀਡੀਆ ਦਾ ਟੈਂਟ ਵੀ ਲਾਉਂਦੇ ਰਹੇ ਹਾਂ ਰੇਡੀਓ ਬੰਨੀਓ ਵੀ, ਤਾਂ ਕਿ ਲੋਕ ਸਾਨੂੰ ਮਿਲਣ ਵਾਲੇ ਉੱਥੇ ਆ ਕੇ ਇਕੱਠੇ। ਮੈਨੂੰ ਲੱਗਦਾ ਗੇਮਾਂ ਦਾ ਹੀ, ਭਾਵੇਂ ਸਿੱਖ ਗੇਮਾਂ ਹੋਣ ਭਾਵੇਂ ਇਹ ਗ੍ਰਿਫਤ ਦੀਆਂ ਗੇਮਾਂ ਹੋਣ, ਇਹ ਵੱਡਾ ਮਤਲਬ ਕਿ ਜਿਹੜਾ ਹੈਗਾ ਚੀਜ਼ ਉਹ ਆਪ 'ਚ ਮਿਲਣ ਮਿਲਾਪ ਦਾ ਜ਼ਿਆਦਾ ਹੁੰਦਾ ਜੀ। ਹਾਂ, ਚਲੋ ਕਿ ਵੀ ਜਿਹੜੇ ਬੰਦੇ ਨੇ ਸਿਡਨੀ ਤੋਂ ਆਉਣਾ ਜਾਂ ਐਡਲੇਡ ਤੋਂ ਜਾਣਾ ਉਹ ਇਕੱਠੇ ਹੋ ਕੇ ਇੱਕ ਥਾਂ 'ਤੇ, ਖਾਸ ਕਰਕੇ ਜਿਹੜੇ ਬੰਦੇ ਕਿ ਵੀ ਆਪ ਜੁੜੇ ਹੋਏ ਨੇ ਮੀਡੀਆ ਵਾਲੇ ਜਾਂ ਥੋੜ੍ਹੇ ਜਿਹੇ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦੇ ਥਰੂ ਲੋਕ ਇੱਕ ਦੂਜੇ ਨੂੰ ਜਾਣਦੇ ਆ ਪਰ ਮਿਲਦੇ ਉੱਥੇ ਆ। ਅਤੇ ਮੰਨ ਲਾ ਗ੍ਰਿਫਤ ਦਾ ਇਹ ਵੀ ਹੈ ਕਿ ਵੀ ਚਲੋ ਪੇਂਡੂ ਜਿਹਾ ਮਾਹੌਲ ਬਣ ਜਾਂਦਾ ਕਿ ਵੀ ਜਿਹੜਾ ਖੇਤਾਂ 'ਚ ਜਾਣਾ ਜਾਂ ਬਾਹਰ ਜਾਣਾ, ਨਹੀਂ ਤਾਂ ਸ਼ਹਿਰਾਂ 'ਚ ਹੀ ਆਪਾਂ ਕੰਮ ਕਰਦੇ ਨੇ, ਸ਼ਹਿਰਾਂ 'ਚ ਉਹ ਹੈ ਥੋੜ੍ਹਾ ਜਿਹਾ ਹਟ ਕੇ ਹੋ ਜਾਂਦਾ ਜੀ। ਇੱਕ ਚੀਜ਼ ਮੈਂ ਸੁਖਵੰਤ ਇੱਥੇ ਜ਼ਰੂਰ ਐਡ ਆਨ ਕਰਨੀ ਚਾਹੂੰਗਾ, ਤੁਸੀਂ ਮੇਰੀਆਂ ਪੁਰਾਣੀਆਂ ਬਹੁਤ ਸਾਰੀਆਂ ਸਿੱਖ ਖੇਡਾਂ ਪ੍ਰਤੀ ਜੇ ਇੰਟਰਵਿਊ ਸੁਣੋਗੇ ਦੁਨੀਆ ਭਰ 'ਚ, ਕੈਨੇਡਾ, ਅਮੈਰੀਕਾ, ਜਦੋਂ ਵੀ ਕਿਤੇ ਗਿਆ ਮੈਂ ਉੱਥੇ ਇੰਟਰਵਿਊ ਕਿਸੇ ਵੀ ਚੈਨਲ 'ਤੇ ਕੀਤੀ, ਤਾਂ ਮੈਂ ਇੱਕ ਗੱਲ ਬੜੇ ਮਾਣ ਨਾਲ ਅਤੇ ਦਾਅਵੇ ਨਾਲ ਕਹਿਣਾ ਹੁੰਦਾ, ਉਹ ਇਹ ਆ ਵੀ ਇਹਨਾਂ ਖੇਡਾਂ ਦਾ ਇੱਕ ਹੋਰ ਜਿਹੜੀ ਖਾਸੀਅਤ ਇਹ ਆ ਵੀ ਜਦੋਂ ਤੁਸੀਂ ਉੱਥੇ ਦਰਸ਼ਕਾਂ ਕਨੀ ਨਿਗਾਹ ਮਾਰੋਗੇ ਨਾ, ਹਾਂਜੀ, ਗਰਾਊਂਡ ਦੇ ਵਿੱਚ, ਤਾਂ ਤੁਸੀਂ ਹੈਰਾਨ ਹੋਵੋਗੇ ਵੀ 60% ਯਾਨੀ ਕਿ ਰੇਸ਼ੋ 'ਚ ਵੱਧ ਬੀਬੀਆਂ ਅਤੇ ਬੱਚੇ ਹੁੰਦੇ ਆ। ਵਾਹ, ਕਬੱਡੀ ਦਾ ਮੈਚ ਚੱਲ ਰਿਹਾ ਦੁਨੀਆ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ, ਕਬੱਡੀ ਦਾ ਮੈਚ ਚੱਲ ਰਿਹਾ,
ਨੌਜਵਾਨ ਕਬੱਡੀ ਖੇਡ ਰਹੇ ਆ ਅਤੇ ਬੀਬੀਆਂ ਅਤੇ ਬੱਚੇ ਗਰਾਊਂਡ ਦਾ ਚਾਰ ਚੁਫੇਰੇ ਬੈਠ ਕੇ ਵਿੱਚੇ ਮੁੰਡੇ ਬੁੜੀਆਂ ਬੰਦੇ ਰਲੇ ਸਾਰਾ ਗਰਾਊਂਡ ਭਰਿਆ ਹੋਇਆ 20-30 ਹਜ਼ਾਰ ਬੜੀ ਆਰਾਮ ਨਾਲ ਪਿਆਰ ਨਾਲ ਬੈਠੇ ਫੈਮਿਲੀਆਂ 'ਚ ਦੇਖ ਰਹੇ ਆ ਇੱਕ ਗਰਾਊਂਡ ਉੱਚਾ ਨੀਵਾਂ ਬਣਿਆ ਹੋਇਆ ਢਲਾਣਾ ਬਣੀਆਂ ਗਾ ਉਹਨਾਂ 'ਚ ਉਹ ਮਾਹੌਲ ਤੁਹਾਨੂੰ ਕਿਤੇ ਨਾ ਕਿਤੇ ਹੈਰਾਨ ਕਰਦਾ ਮੈਨੂੰ ਖਾਸ ਕਰਕੇ 2016 ਦੇ ਵਿੱਚ ਨਾ ਇੱਕ ਸਰੀ ਟੂਰਨਾਮੈਂਟ ਦੇਖਣ ਦਾ ਮੌਕਾ ਮਿਲਿਆ ਉੱਥੇ 2,000-2,500 ਬੰਦਾ ਸਰੀ ਜਿਹੜੇ ਸਰੀ ਦੇ ਵਿੱਚ ਲੱਖਾਂ 'ਚ ਲੋਕ ਪੰਜਾਬੀ ਰਹਿੰਦੇ ਆ ਉੱਥੇ ਇੱਕ ਬਹੁਤ ਵੱਡਾ ਟੂਰਨਾਮੈਂਟ ਚੱਲ ਰਿਹਾ ਸੀ ਅਤੇ ਪਲੇਅਰ ਵੀ ਸਾਡੇ ਨਾਲ ਤਕੜੇ ਖੇਡ ਰਹੇ ਸੀ ਸਾਡੇ ਤਾਂ ਉਨੇ ਤਕੜੇ ਪਲੇਅਰ ਆਏ ਨਹੀਂ ਉੱਥੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਖੇਡ ਰਹੇ ਸੀ ਪਰ ਬੰਦਾ 2,500-3,000 ਅਤੇ ਮੈਂ ਜੋ ਨਿਗਾਹ ਮਾਰੀ ਮੈਨੂੰ ਇੱਕ ਵੀ ਉੱਥੇ ਲੇਡੀ ਨਹੀਂ ਦਿਖਾਈ ਦਿੱਤੀ ਕੋਈ ਮੈਨੂੰ ਬੱਚਾ ਨਹੀਂ ਦਿਖਾਈ ਦਿੱਤਾ ਮੇਰੇ ਮਨ 'ਚ ਬੜੀ ਜਗਿਆਸਾ ਆਈ ਮੈਂ ਪ੍ਰਬੰਧਕਾਂ ਨੂੰ ਵੀ ਮਿਲਿਆ ਮੈਂ ਹੋਰਾਂ ਨੂੰ ਵੀ ਗੱਲ ਕੀਤਾ ਤਾਂ ਇੱਕ ਬੰਦਾ ਨਾ ਮੈਂ ਪ੍ਰਬੰਧਕ ਨਾਲ ਕਿਤੇ ਗੱਲ ਕਰ ਰਿਹਾ ਸੀ ਅਤੇ ਇੱਕ ਸਾਈਡ 'ਤੇ ਜਿਹੜੇ ਬੰਦੇ ਗੱਲਾਂ ਸੁਣ ਰਹੇ ਹੁੰਦੇ ਆ ਉਹ ਅਚਨਚੇਤ ਬੋਲਿਆ ਮੈਂ ਕਹਿੰਦਾ ਬਾਈ ਤੂੰ ਗੱਲਾਂ ਕਰਦਾ ਇੱਥੇ ਗਰਾਊਂਡ 'ਚ ਵੀ ਬੁੜੀਆਂ ਅਤੇ ਬਜਵਾਕਾਂ ਦੇ ਆਉਣ ਦੀ ਇੱਥੇ ਤਾਂ ਕਹਿੰਦਾ ਕੋਈ ਪੁਲਿਸ ਵਾਲੀ ਲੇਡੀ ਪੁਲਿਸ ਵਾਲੀ ਨਹੀਂ ਲਾਉਂਦੇ ਡਿਊਟੀ ਉਹਦੀ ਕਹਿੰਦੇ ਉਹ ਤਾਂ ਉਹਨੂੰ ਨਹੀਂ ਬਖਸ਼ਦੇ ਅਤੇ ਮੈਂ ਕਿਹਾ ਕਿਉਂ ਕਹਿੰਦਾ ਨਸ਼ੇ ਕਰਕੇ ਦਾਰੂ ਪੀ ਕੇ ਮੈਂ ਮਾਫ਼ੀ ਚਾਹੁੰਦਾ ਇੱਥੇ ਮੇਰੀ ਗੱਲ ਨੂੰ ਤੁਸੀਂ ਦਿਲ ਨੂੰ ਨਾ ਲਾਇਓ ਇਹ ਸੱਚ ਆ ਇਹਨੂੰ ਇਹਨੂੰ ਮੰਨੋ ਇਹਨੂੰ ਇਹਨੂੰ ਮੰਨ ਕੇ ਇਹਦੇ 'ਤੇ ਸੁਧਾਰ ਕਰੋ ਤੁਸੀਂ ਆ ਕੇ ਆਸਟ੍ਰੇਲੀਆ ਦਾ ਟੂਰਨਾਮੈਂਟ ਦੇਖੋ ਆਸਟ੍ਰੇਲੀਆ ਦੇ ਗ੍ਰਿਫਤ ਖੇਡਾਂ ਦੇਖੋ ਸਿੱਖ ਖੇਡਾਂ ਦੇਖੋ ਜਾਂ ਆਮ ਵੀ ਕੋਈ ਸ਼ਹਿਰਾਂ 'ਚ ਟੂਰਨਾਮੈਂਟ ਦੇਖੋ ਕਿਵੇਂ ਬੱਚੇ ਅਤੇ ਬੀਬੀਆਂ ਉੱਥੇ ਗੇਮਾਂ ਜੇ ਨਹੀਂ ਯਕੀਨ ਆਉਂਦਾ ਸਾਡੀਆਂ ਵੈਬਸਾਈਟਾਂ 'ਤੇ ਜਾ ਕੇ ਫੋਟੋਆਂ ਦੇਖੋ ਕਿੰਨੀਆਂ ਫੋਟੋਆਂ ਪਈਆਂ ਸੋ ਇੱਕ ਵੱਡੀ ਪ੍ਰਾਪਤੀ ਹੈ ਸਾਡੀ ਵੀ ਅਸੀਂ ਇੱਕ ਸੱਭਿਅਕ ਕਲਚਰ ਨੂੰ ਅਪਣਾ ਕੇ ਸੱਭਿਅਕ ਹੋ ਕੇ ਆਪਣੀਆਂ ਭੈਣਾਂ ਮਾਵਾਂ ਧੀਆਂ ਜਵਾਕਾਂ ਨਾਲ ਇਹੋ ਜਿਹੇ ਮੇਲੇ ਖੇਡਾਂ ਮੇਲੇ ਦੇਖਦੇ ਹਾਂ ਜਿਹੜਾ ਕਿ ਚਾਹੀਦਾ ਜੇ ਅਸੀਂ ਆਉਂਦੇ ਹਾਂ ਸਾਡੇ ਵਿਰਾਸਤ ਆ ਸਾਡੇ ਕਲਚਰ ਆ ਤਾਂ ਫਿਰ ਜੇ ਅਸੀਂ ਆਪਣੀਆਂ ਬੀਬੀਆਂ ਨੂੰ ਨਹੀਂ ਘਰੇ ਲਿਆ ਘਰੇ ਤਾੜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਕਿਤੇ ਉਹਨਾਂ ਨੂੰ ਦਿਖਾਉਣ ਲਿਆਏ ਫਿਰ ਤੁਸੀਂ ਉਹ ਕੀ ਕਰਨੀ ਹੈ ਵਿਰਾਸਤ ਵਿਰਾਸਤ ਕੀ ਚੀਜ਼ ਆ ਵਿਰਾਸਤ ਤਾਂ ਤੁਸੀਂ ਪਾਸ ਆਉਣ ਹੀ ਕਰਨੀ ਹੈ ਨਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਪਰਿਵਾਰ ਨੇ ਗਾਂ ਅਗਲੀ ਜਨਰੇਸ਼ਨ ਨੂੰ ਪਾਸ ਕਰਨੀ ਆ ਸੋ ਇਹ ਇੱਕ ਬਹੁਤ ਵੱਡੀ ਇਹ ਕੁਆਲਿਟੀ ਆ ਚਾਹੇ ਗ੍ਰਿਫਤ ਜਾਇਓ ਚਾਹੇ ਸਿੱਖ ਖੇਡਾਂ 'ਚ ਜਾਇਓ ਉੱਥੇ ਤੁਸੀਂ ਦੇਖੋਗੇ ਕਿਵੇਂ ਬੀਬੀਆਂ ਅਤੇ ਬੱਚੇ 60% ਵੱਧ ਗਿਣਤੀ 'ਚ ਆ ਮੈਂ ਇਹ ਚੀਜ਼ ਨੋਟ ਕੀਤੀ ਆ ਸੋ ਉੱਥੇ ਨਾ ਬਹੁਤ ਸਾਰੀਆਂ ਯਾਦਾਂ ਵੀ ਹੋਰ ਵੀ ਜੁੜੀਆਂ ਮੇਰੀਆਂ ਅਤੇ ਮੈਨੂੰ ਕਈ ਕਈ ਹਾਸੇ ਖੇਡਣ ਵਾਲੀਆਂ ਗੱਲਾਂ ਵੀ ਮੈਂ ਐਂਡ 'ਚ ਜ਼ਰੂਰ ਸੁਣਾਊਂਗਾ ਇੱਕ ਬੜਾ ਪਿਆਰਾ ਇੰਸੀਡੈਂਟ ਜਿਹੜਾ ਮੈਂ ਕਦੇ ਨਹੀਂ ਭੁੱਲ ਸਕਦਾ ਇੱਕ ਤੁਹਾਡਾ ਕੋਈ ਨਾਵਲ ਵੀ ਮਤਲਬ ਜਿਹੜਾ ਕੋਈ ਕਿੱਸਾ ਸੀਗਾ ਤੁਸੀਂ ਲਿਖਿਆ ਸੀਗਾ ਮੈਨੂੰ ਕੀ ਜੀ 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 ਉਹਦੇ ਉਹਦੇ 'ਚ ਵੀ ਮੇਰਾ ਇੱਕ ਵਾਰੀ ਜ਼ਿਕਰ ਹੋਇਆ ਵੈਸੇ ਤਾਂ ਮੇਰਾ ਨਾ ਇੱਕ ਆਰਟੀਕਲ ਗ੍ਰਿਫਤ ਖੇਡਾਂ 'ਤੇ ਆ ਹਾਂਜੀ ਮੈਂ ਗ੍ਰਿਫਤ ਖੇਡਾਂ ਦਾਖੀ ਦੇਠਾ ਹਾਲ ਵੀ ਇੱਕ ਮੇਰੀ ਬੁੱਕ ਦੇ ਵਿੱਚ ਕੈਂਗਰੂ ਨੈਵਾਂ 'ਚ ਛਪਿਆ ਹੋਇਆ ਠੀਕ ਹੈ ਪਰ ਇੱਕ ਮੈਨੂੰ ਕੀ ਆਰਟੀਕਲ ਮੇਰਾ ਬਹੁਤ ਪਾਪੂਲਰ ਹੋਇਆ ਸੀ ਉਹਦੇ 'ਤੇ ਆਪਾਂ ਪੂਰਾ ਇੱਕ ਐਪੀਸੋਡ ਵੀ ਕਰਾਂਗੇ ਪਰ ਉਹਦੇ 'ਚ ਨਾ ਇੱਕ ਬੰਦੇ ਦਾ ਜ਼ਿਕਰ ਆਉਂਦਾ ਰਮੇਸ਼ ਚੰਦਰ ਦਾ ਅੱਛਾ ਜੀ ਅਤੇ ਉਹ ਰਮੇਸ਼ ਚੰਦਰ ਬਜ਼ੁਰਗ ਕਹਿ ਸਕਦਾ 60 ਦੀ ਰੇਂਜ ਦੇ ਏਜ ਦੇ ਬੰਦੇ ਸੀ ਅਤੇ ਉਹ ਗ੍ਰਿਫਤ ਦਾ ਮੇਰੇ ਉਹ ਦਿਮਾਗ 'ਚ ਕਦੇ ਨਹੀਂ ਜਾਊਗਾ ਜਦੋਂ ਮੈਂ ਉਹ ਦੇਖਿਆ ਉਦੋਂ ਬਾਅਦ ਮੈਂ ਉਹ ਆਰਟੀਕਲ ਅਗਲੇ ਇੰਡੀਆ ਟੂਰ ਦੇ ਉੱਤੇ ਗਿਆ ਅਤੇ ਉੱਥੋਂ ਦਾ ਹਾਲ ਦੇਖਿਆ ਅਤੇ ਉਹਨਾਂ ਦਾ ਦੇਖਿਆ ਤਾਂ ਮੈਨੂੰ ਮੇਰੇ ਮਨ 'ਚ ਇੱਕ ਆਰਟੀਕਲ ਆਇਆ ਮੈਨੂੰ ਕੀ ਜਿਹਦੇ 'ਚ ਮੈਨੂੰ ਲੱਗਿਆ ਵੀ ਇਹ ਦੋ ਸ਼ਬਦ ਬਹੁਤ ਖਤਰਨਾਕ ਸ਼ਬਦ ਆ ਮੈਨੂੰ ਕੀ ਕਿਉਂਕਿ ਜਦੋਂ ਉਹ ਸ਼ੁਰੂ ਇਹ ਹੋਇਆ ਵੀ ਜਦੋਂ ਮੈਂ ਦਿੱਲੀ ਏਅਰਪੋਰਟ 'ਤੇ ਉਤਰਦਾ ਤਾਂ ਕਿਸੇ ਬੰਦੇ ਨੂੰ ਮੈਂ ਕੁਛ ਪੁੱਛਿਆ ਤਾਂ ਉਹਨਾਂ ਮੂਹਰੋਂ ਜਿਹੜਾ ਐਟੀਟਿਊਡ ਸੀ ਜਾਂ ਕਹਿ ਸਕਦੇ ਉਹਦਾ ਕਹਿਣ ਦਾ ਮਤਲਬ ਸੀ ਉਹ ਕਹਿੰਦਾ ਮੈਨੂੰ ਕੀ ਵੀ ਲਾਪਰਵਾਹੀ ਅੱਛਾ ਉਹਦੀ ਸੀ ਬੇਪਰਵਾਹੀ ਨਹੀਂ ਲਾਪਰਵਾਹੀ ਸੀ ਕਿਸੇ ਚੀਜ਼ ਪ੍ਰਤੀ ਮੇਰੇ ਮਨ 'ਚ ਇਹਨੂੰ ਲੱਗਿਆ ਅਤੇ ਜਦੋਂ ਮੈਂ ਐਂਡ 'ਤੇ ਚੜ੍ਹਾਉਣ ਆਇਆ ਮੈਨੂੰ ਉਹੀ ਬੰਦਾ ਗੱਡੀ ਤਾਂ ਉਹ ਜਹਾਜ਼ ਦੇ ਉੱਤੇ 2 ਮਹੀਨਿਆਂ ਬਾਅਦ ਤਾਂ ਉਹਨੇ ਮੈਨੂੰ ਆਉਂਦੇ ਨੂੰ ਇੱਕ ਨਸੀਹਤ ਦਿੱਤੀ ਮੈਨੂੰ ਆਹਦਾ ਕਹਿੰਦਾ ਬਾਈ ਮੈਂ ਤੈਨੂੰ 2 ਮਹੀਨੇ ਹੋ ਗਏ ਇੱਥੇ ਤੁਰਿਆ ਫਿਰਦਾ ਤੇਰੇ ਨਾਲ 2 ਮਹੀਨਿਆਂ ਦਾ ਮੈਂ ਤੇਰਾ ਸਾਰਾ ਕੁਛ ਦੇਖ ਲਿਆ ਪਰ ਕਹਿੰਦਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਦੁਨੀਆ ਢੱਠੇ ਖੂਹ 'ਚ ਜਾਂਦੀ ਹੈ ਜਾਣ ਦੇ ਤੈਨੂੰ ਕੀ ਕਹਿੰਦਾ ਤੂੰ ਮੈਨੂੰ ਕੀ ਅਤੇ ਤੈਨੂੰ ਕੀ ਦੇ ਸਫ਼ਰ ਦੇ ਵਿਚਾਲੇ ਉਹ ਆਰਟੀਕਲ ਬਣਿਆ ਸੀ ਹਾਂਜੀ ਵੀ ਇਹ ਕਿੱਡੇ ਕਿੰਨੇ ਗੱਲਾਂ ਤਾਂ ਦੋ ਹੀ ਆ ਦੋ ਹੀ ਸ਼ਬਦ ਆ ਮੈਨੂੰ ਕੀ ਅਤੇ ਤੈਨੂੰ ਕੀ ਪਰ ਉਹਨਾਂ ਦੇ ਪਿੱਛੇ ਕਿੱਡੀ ਵੱਡੀ ਇੱਕ ਲਾਪਰਵਾਹੀ ਛੁਪੀ ਹੋਈ ਆ ਤੁਸੀਂ ਹੈਰਾਨ ਹੋਵੋਗੇ ਮੈਂ ਉਹਨੂੰ ਇੰਨਾ ਕਹਿ ਕੇ ਵੀ ਮੈਨੂੰ ਕਿਉਂ ਨਹੀਂ ਅਖੀਰ ਜਹਾਜ਼ ਚੜਿਆ ਸੀ ਅਤੇ ਫਿਰ ਮੈਂ ਉਹ ਲੇਖ ਲਿਖਿਆ ਸੀ ਅਤੇ ਉਸ ਲੇਖ ਦੇ ਵਿੱਚ ਫਿਰ ਮੈਂ ਉਹ ਰਮੇਸ਼ ਚੰਦਰ ਦੀ ਗ੍ਰਿਫਤ ਦੀ ਉਦਾਹਰਨ ਵੀ ਦਿੱਤੀ ਹਾਂਜੀ ਉਹ ਕੀ ਹੋਇਆ ਵੀ ਗ੍ਰਿਫਤ ਖੇਡਾਂ ਦਾ ਦਿਨ ਛਿਪ ਗਿਆ ਫਾਈਨਲ ਮੈਚ ਅੜ ਗਿਆ ਕੁੰਡੀਆਂ ਦੇ ਸਿੰਗ ਅੜੇ ਕਬੱਡੀ ਦੇ ਪੂਰੇ ਪੂਰਾ ਮੈਚ ਚੱਲ ਰਿਹਾ ਮਾਰੋ ਮਾਰ ਸਾਰਾ ਗ੍ਰਿਫਤ ਦੇ ਵਿੱਚ ਗੂੰਜਾਂ ਪੈ ਰਹੀਆਂ ਜਿਵੇਂ ਆਪਣੇ ਇੰਡੀਆ ਦੇ ਟੂਰਨਾਮੈਂਟ 'ਚ ਨਹੀਂ ਪੈਂਦੇ ਹੁੰਦੇ ਇਕੱਲੇ ਇਕੱਲੇ ਨੰਬਰ ਰੇਡ 'ਤੇ ਠੀਕ ਹੈ ਜੀ ਸਾਰੀ ਵੀ ਤੁਸੀਂ ਹੈਰਾਨ ਹੋਵੋਗੇ ਵੀ ਸਾਹ ਕਿਸੇ ਵੇਲੇ ਤਾਂ ਇਹ ਪੁਜੀਸ਼ਨ ਹੋ ਜੇ ਵੀ ਸਾਹ ਦੀ ਆਵਾਜ਼ ਵੀ ਨਾ ਸੁਣੇ ਲੋਕਾਂ ਦੇ ਸਾਹ ਵੀ ਰੁਕ ਜਾਣ ਅਤੇ ਇਕੱਲਾ ਕੋਮੈਂਟੇਟਰ ਜਾਂ ਕਬੱਡੀ ਦੀ ਆਵਾਜ਼ ਆਵੇ ਕਬੱਡੀ ਪਾਉਂਦੇ ਦੀ ਅਤੇ ਕਿਸੇ ਵੇਲੇ ਇਹੋ ਜਿਹੇ ਵੀ ਗੱਲ ਵੀ ਨਾ ਸੁਣੇ ਅਤੇ ਇੰਨੇ ਪਿੰਨ ਡਰੋਪ ਸਾਇਲੈਂਟ ਲਾ ਲਓ ਜਾਂ ਇੰਨੀ ਇੱਕ ਇਕਾਗਰਤਾ ਕਹਿ ਸਕਦਾ ਮੈਂ ਵੀ ਇੰਨੀ ਇਕਾਗਰ ਹੋ ਕੇ ਉਹ ਦੇਖ ਰਹੇ ਆ ਜੇ ਮੈਂ ਪਿੱਛੇ ਹਟ ਕੇ ਬਾਹਰ ਆਇਆ ਨਾ ਮੈਂ ਕਿਹਾ ਮੈਂ ਬਾਹਰੋਂ ਕੋਈ ਫੋਟੋ ਦੇਖਾਂ ਜਾਂ ਮੈਂ ਇੱਦਾਂ ਕਰਾਂ
ਤੇ ਮੈਨੂੰ ਇੱਕ ਦੂਰ ਹਨੇਰੇ 'ਚ ਇੱਕ ਬਜ਼ੁਰਗ ਇੱਕ ਹੱਥ 'ਚ ਉਹਦੇ 'ਚ ਲਿਫਾਫਾ ਵੱਡਾ ਅਤੇ ਉਹ ਨਾ ਲਿਫਾਫੇ 'ਤੇ ਬੋਤਲਾਂ ਚੁੱਕਦਾ ਦੇਖਿਆ। ਅੱਛਾ ਜੀ। ਮੈਂ ਉਹਦੇ ਕੋਲ ਚਲਾ ਗਿਆ। ਮੈਂ ਜਦੋਂ ਉਹਦੇ ਕੋਲ ਗਿਆ ਤਾਂ ਮੈਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਮੈਂ ਕਿਹਾ ਵੀ ਕਿਵੇਂ ਆ ਕੀ ਉਹ ਮੈਂ ਥੋੜ੍ਹੀ ਜਿਹੀ ਇੱਥੇ ਗੱਲ 'ਚ ਟਵਿਸਟ ਆ ਮੈਂ ਜਿਹੜੀ ਮੇਰੇ ਦਿਮਾਗ 'ਚ ਆ ਰਹੀ ਹੈ ਕਿਉਂਕਿ ਪਹਿਲਾਂ ਦਾ ਲਿਖਿਆ ਆਰਟੀਕਲ ਮੈਨੂੰ ਕੀ ਪਹਿਲਾਂ ਲਿਖਿਆ ਗਿਆ ਸੀ ਉਹ ਹੋਰ ਅਗਲੇ ਆਰਟੀਕਲ 'ਚ ਨਾ ਰਮੇਸ਼ ਜੀ ਦਾ ਜ਼ਿਕਰ ਕੀਤਾ ਸੀ ਮੈਂ। ਠੀਕ ਹੈ ਜੀ। ਮੈਂ ਉਹਨਾਂ ਰਮੇਸ਼ ਜੀ ਕੋਲ ਜਾ ਕੇ ਮੈਨੂੰ ਨਹੀਂ ਪਤਾ ਕੌਣ ਆ ਬੰਦਾ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਕਿਹਾ ਜੀ ਅੰਕਲ ਜੀ ਵੀ ਐਡਾ ਜ਼ਬਰਦਸਤ ਮੈਚ ਚੱਲੀ ਜਾਂਦਾ ਤੁਸੀਂ ਲੋਕਲ ਹੋ ਗ੍ਰਿਫਤ ਦੇਖਣ। ਹਾਂਜੀ ਮੈਂ ਲੋਕਲ ਹਾਂ। ਮੈਂ ਕਿਹਾ ਅਸੀਂ ਇੰਨੀ 800 ਕਿਲੋਮੀਟਰ ਤੋਂ ਦੇਖਣ ਆਏ ਹਾਂ ਤੁਸੀਂ ਇੱਥੇ ਬੈਠੇ ਹੋ ਤੁਸੀਂ ਆ ਲਿਫਾਫੇ ਚੁੱਕੀ ਜਾਂਦੇ ਹੋ ਅਤੇ ਇਹ ਕੀ ਆ। ਕਹਿੰਦੇ ਜੀ ਮੇਰੀ ਨਾ ਇੱਕ ਨੌਜਵਾਨ ਮੈਂ ਕਹਿੰਦਾ ਬਹੁਤ ਵੱਡਾ ਪਾਠਕ ਹਾਂ ਮੈਂ ਪੜ੍ਹਦਾ। ਕਹਿੰਦਾ ਮੈਂ ਵੀ ਲਾਪਰਵਾਹ ਹੁੰਦਾ ਸੀ। ਕਹਿੰਦਾ ਮੈਂ ਕਿਸੇ ਨੌਜਵਾਨ ਦਾ ਲੇਖ ਇੱਥੇ ਅਖਬਾਰ 'ਚ ਛਪਿਆ ਸੀ ਮੈਂ ਉਹ ਪੜ੍ਹਿਆ ਮੈਨੂੰ ਕੀ ਕਹਿੰਦਾ। ਅੱਛਾ। ਅਤੇ ਮੈਂ ਉਦੋਂ ਬਾਅਦ ਕਹਿੰਦਾ ਮੈਂ ਸੋਚਿਆ ਵੀ ਆਹ ਗੰਦ ਮੇਰੇ ਸ਼ਹਿਰ 'ਚ ਪੈ ਰਿਹਾ ਇੰਨਾ ਇਹ ਤਾਂ ਸਾਰੇ ਖੇਡ ਕੇ ਚਲੇ ਜਾਣਗੇ ਅਤੇ ਮੈਂ ਤਾਂ ਚੁੱਕਣਾ ਹੀ ਆ ਮੈਨੂੰ ਕਿਉਂ ਨਹੀਂ ਮੈਂ ਚੁੱਕਣਾ। ਅਤੇ ਕਹਿੰਦੇ ਮੈਂ ਉਦੋਂ ਬਾਅਦ ਨੇ ਕੀ ਕੀਤਾ ਮੈਂ ਉਦੋਂ ਧਾਰ ਲਈ ਕਹਿੰਦੇ ਵੀ ਗੇਮਾਂ ਅੱਡਾ ਇਹਨਾਂ ਨੂੰ ਲੈਣ ਦੇ ਨਜ਼ਾਰੇ ਮੇਰਾ ਕੰਮ ਹੁਣ ਆਹ ਕਰਨਾ। ਮੈਂ ਕਹਿੰਦਾ ਇਕੱਲਾ ਲੱਗਿਆ ਸੀ ਹੁਣ ਨਿਗਾਹ ਮਾਰੋ ਹਨੇਰੇ 'ਚ ਤਿੰਨ ਚਾਰ ਜਣੇ ਹੋਰ ਵੀ ਬਜ਼ੁਰਗ ਮੇਰੇ ਨਾਲ ਦੇ ਰਿਟਾਇਰ ਆ ਨਾ ਜਿਹੜੇ ਉਹ ਚੁੱਕੀ ਜਾਂਦੇ ਆ। ਉਹਨਾਂ ਨੇ ਜਦੋਂ ਇਹ ਗੱਲ ਦੱਸੀ ਮੈਨੂੰ ਮੈਂ ਲਾਈਟ ਲੈ ਕੇ ਨਾ ਮੈਂ ਕਿਹਾ ਮੇਰੇ ਕਿੰਨੀ ਲਾਈਟ ਮਾਰਿਓ ਜੀ। ਮੈਂ ਕਿਹਾ ਉਸ ਨੌਜਵਾਨ ਨੂੰ ਪਛਾਣਿਆ ਮੈਨੂੰ ਮਾਣ ਵੀ ਮਹਿਸੂਸ ਹੋਇਆ ਮੈਂ ਦਿਲੋਂ ਕਹਿਣਾ ਮੈਂ ਆਪਦੀ ਵਡਿਆਈ ਨਹੀਂ ਕਰਦਾ ਪਰ ਜਦੋਂ ਤੁਹਾਨੂੰ ਇਹੋ ਜਿਹੀ ਫੀਡਬੈਕ ਜਾਂ ਇਹੋ ਜਿਹਾ ਕੁਛ ਲਾਈਵ ਮਿਲਦਾ ਤਾਂ ਉਹ ਤੁਹਾਡੀ ਜ਼ਿੰਦਗੀ ਦਾ ਇੱਕ ਸਰਮਾਇਆ ਬਣ ਜਾਂਦਾ ਅਤੇ ਮੇਰੇ ਅੱਖਾਂ 'ਚ ਪਾਣੀ ਵੀ ਆਇਆ ਉਹਨਾਂ ਦੀ ਗੱਲ ਸੁਣ ਕੇ। ਅਤੇ ਮੈਂ ਉਹਨੂੰ ਦੱਸਿਆ ਜੀ ਮੈਂ ਉਹੀ ਬੰਦਾ ਜੀ ਨੇ ਉਹ ਆਰਟੀਕਲ ਲਿਖਿਆ ਸੀ ਤਾਂ ਉਹ ਅੰਕਲ ਨੇ ਮੈਨੂੰ ਜੱਫੀ ਪਾਈ ਅਤੇ ਹੁਣ ਵੀ ਜਦੋਂ ਮੈਂ ਜਾਂਦਾ ਮੈਨੂੰ ਬੜਾ ਪਿਆਰ ਸਤਿਕਾਰ ਦਿੰਦੇ ਆ ਉਹ ਜਦੋਂ ਵੀ ਜਾਂਦਾ। ਅਤੇ ਉਹਨਾਂ ਦਾ ਜਿਹੜਾ ਮੈਂ ਅਗਲੀਆਂ ਗੇਮਾਂ ਵੇਲੇ ਦੇਖਿਆ ਵੀ ਕਾਫਲਾ ਵੱਡਾ ਬਣਦਾ ਗਿਆ ਅਤੇ ਜਿਹੜੀਆਂ ਗ੍ਰਿਫਤ ਗੇਮਾਂ 'ਚ ਬਾਅਦ 'ਚ ਰੌਲਾ ਪਾਉਂਦੇ ਸੀ ਵੀ ਕੌਂਸਲ ਇੰਨਾ ਬਿੱਲ ਭੇਜ ਦਿੰਦੀ ਆ ਅਤੇ ਉੱਥੇ ਲੋਕ ਸਮਝਣ ਲੱਗ ਗਏ ਅਤੇ ਸਫਾਈ ਨਾਲ ਦੀ ਨਾਲ ਕਰਨ ਲੱਗ ਗਏ। ਸੋ ਇੱਕ ਤਾਂ ਇਹ ਬੜਾ ਵਧੀਆ ਮੈਨੂੰ ਲੱਗਦਾ ਉੱਥੋਂ ਦਾ ਜਿਹੜਾ ਇਹ ਜਿਹੜਾ ਵਾਕਿਆ ਹੋਇਆ। ਇੱਕ ਵਾਕਿਆ ਮੈਨੂੰ ਨਾ ਉੱਥੇ ਸਾਡਾ ਭਾਈਚਾਰਕ ਸਾਂਝ ਦੀ ਬੜੀ ਵਧੀਆ ਜਿੱਥੇ ਗੋਰੇ ਵੀ ਆਉਂਦੇ ਆ ਉੱਥੇ ਲੰਗਰ ਖਾਂਦੇ ਆ ਹੋਰ ਭਾਈਚਾਰਾ ਵੀ ਆਉਂਦਾ ਅਤੇ ਉੱਥੇ ਇੱਕ ਨਾ ਸਾਡੇ ਇੱਕ ਮੁਸਲਮਾਨ ਭਾਈ ਆ ਕਈ ਵਾਰੀ ਸਾਨੂੰ ਨਾ ਪੇਂਡੂ ਆਸਟ੍ਰੇਲੀਆ ਦਰਸ਼ਕ ਪੁੱਛਦੇ ਆ ਵੀ ਤੁਸੀਂ ਪੰਜਾਬੀ ਜ਼ਿਮੀਦਾਰ ਦਿਖਾਉਣੇ ਹੋ ਇੰਡੀਆ ਵੰਨਿਓ ਪੰਜਾਬੀ ਜ਼ਿਮੀਦਾਰ ਤਾਂ ਪਾਕਿਸਤਾਨ ਦੇ ਵੀ ਆ ਅਤੇ ਪੰਜਾਬੀ ਵੀ ਜ਼ਿਆਦੇ ਆ ਤਾਂ ਉਹ ਕਿਉਂ ਨਹੀਂ ਦਿਖਾਉਂਦੇ। ਮੈਂ ਵਾਅਦਾ ਕਰਦਾ ਅੱਜ ਤੁਹਾਨੂੰ ਅਗਲੀਆਂ ਗ੍ਰਿਫਤ ਗੇਮਾਂ ਵੇਲੇ ਜੇ ਹੋਈਆਂ ਤਾਂ ਜੂਨ 'ਚ ਅਸੀਂ ਜ਼ਰੂਰ ਪੰਜਾਬੀ ਕਿਸਾਨ ਵੀ ਦਿਖਾਵਾਂਗੇ ਅਤੇ ਉਹ ਆ ਬਾਈ ਅਸਲਮ ਕਾਹਲੋਂ। ਅੱਛਾ ਜੀ। ਪਾਕਿਸਤਾਨ ਪਾਕਿਸਤਾਨ ਤੋਂ ਕਾਫੀ ਕਾਮਯਾਬ ਕਿਸਾਨ ਆ ਉਹ ਅਸਲ 'ਚ ਕੰਟਰੈਕਟਰ ਸਨ ਪਹਿਲਾਂ ਉੱਥੇ ਕੰਟਰੈਕਟ ਕਰਦੇ ਸੀ ਇਹਨਾਂ ਦੇ ਜਿਹੜੇ ਅੰਗੂਰਾਂ ਦੇ ਜਿਹੜੇ ਬਾਗ ਲਾਉਣ ਦਾ ਅਤੇ ਉਦੋਂ ਬਾਅਦ ਉਹਨਾਂ ਨੇ ਖੁਦ ਵੀ ਖੇਤੀ ਸ਼ੁਰੂ ਕੀਤੀ ਅਤੇ ਉੱਥੋਂ ਪਾਕਿਸਤਾਨ ਤੋਂ ਵੀ ਚੰਗੇ ਆ ਅਤੇ ਕਾਫੀ ਸਮਾਜ ਸੇਵੀ ਅਤੇ ਭਲੇ ਲੋਕ। ਮੈਂ ਜੇ ਉਹਨਾਂ ਨੂੰ ਮਿਲਿਆ ਬਾਈ ਗੱਜਣਵਾਲਾ ਸੁਖਮੰਦਰ ਆਏ ਹੋਏ ਸਨ ਉਹਨਾਂ ਨਾਲ ਵੀ ਬੈਠੇ ਉੱਠੇ ਗੱਲਾਂ ਕੀਤੀਆਂ ਤਾਂ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਕਹੀ ਜਿਹੜੀ ਮੇਰੇ ਕਦੇ ਦਿਮਾਗ 'ਚੋਂ ਨਹੀਂ ਜਾਂਦੀ। ਉਹਨਾਂ ਨੂੰ ਮੈਂ ਕਿਹਾ ਯਾਰ ਵੀ ਭਾਰਤ ਪਾਕਿਸਤਾਨ ਵੰਡ ਕੇ ਸਾਨੂੰ ਭਰਾਵਾਂ ਨੂੰ ਵੰਡਤਾ ਅਸੀਂ ਸੁਭਾਵਿਕ ਗੱਲ ਕਰਦੇ ਹਾਂ ਜਦੋਂ ਬੈਠੇ ਨੇ। ਕਹਿੰਦਾ ਉਦੋਂ ਜ਼ਮੀਨ ਦੀ ਵੰਡ ਥੋੜ੍ਹਾ ਹੋਈ ਸੀ ਉਦੋਂ ਖਿੱਤਿਆਂ ਦੀ ਵੰਡ ਥੋੜ੍ਹਾ ਹੋਈ ਸੀ ਉਦੋਂ ਕੋਈ ਭਾਸ਼ਾ ਦੀ ਵੰਡ ਥੋੜ੍ਹਾ ਹੋਈ ਸੀ। ਮੈਂ ਕਿਹਾ ਫੇਰ ਜੀ। ਕਹਿੰਦੇ ਉਹ ਤਾਂ ਖੂਨ ਵੰਡਿਆ ਗਿਆ ਸੀ ਅਸਲ 'ਚ ਖੂਨ ਆਪਾਂ ਇੱਕੋ ਹੀ ਸੀ ਅਤੇ ਸਾਨੂੰ ਖੂਨ ਨੂੰ ਵੰਡਤਾ। ਕਹਿੰਦਾ ਪਹਿਲੀ ਵਾਰ ਹੋਇਆ ਵੀ ਇੱਕ ਖੂਨ ਵੰਡਿਆ ਗਿਆ। ਬਿਲਕੁਲ। ਅਤੇ ਉਹ ਗੱਲ ਮੈਂ ਬਹੁਤ ਥਾਂ 'ਤੇ ਜ਼ਿਕਰ ਵੀ ਕੀਤਾ ਅਤੇ ਉਹ ਵੀ ਮੈਂ ਯਾਦ ਰੱਖਦਾ। ਪਰ ਹੁਣ ਜੇ ਸੁਖਵੰਤ ਮੈਂ ਸਾਰੀ ਰਾਤ ਗ੍ਰਿਫਤ ਖੇਡਾਂ ਦੀਆਂ ਗੱਲਾਂ ਸੁਣਾ ਸਕਦਾ ਪਰ ਮੈਂ ਜਾਂਦੇ ਜਾਂਦੇ ਨਾ ਦਰਸ਼ਕਾਂ ਨੂੰ ਆਪਾਂ ਬੜਾ ਭਾਰੀਆਂ ਗੱਲਾਂ 'ਚ ਨਹੀਂ ਰੱਖਣਾ ਇੱਕ ਹਲਕਾ ਫੁਲਕਾ ਵੀ ਸੁਣਾ ਦਿਆਂ। ਬਿਲਕੁਲ ਜੀ ਆਣ ਦਿਓ ਚਾਹੀਦਾ ਇੱਕ ਚੁਟਕਲਾ ਵੀ ਹੋਈ ਥੋੜ੍ਹੀ ਜਿਹੀ ਭਾਸ਼ਾ ਹਲਕੀ ਹੋ ਸਕਦੀ ਆ ਮੈਨੂੰ ਆਪਦੇ ਮੁਤਾਬਕ ਮੈਨੂੰ ਲੱਗਦਾ ਮੈਂ ਇਹੋ ਜਿਹੀਆਂ ਗੱਲਾਂ ਘੱਟ ਕਰਦਾ ਪਰ ਜਦੋਂ ਵਾਪਰੀ ਆ ਸਾਡੇ ਨਾਲ ਸਾਡੀ ਟੀਮ ਨਾਲ ਦੇਖੋ ਇਹਦਾ ਆਪਣਾ ਸ਼ੋਅ ਦਾ ਹੀ ਮਤਲਬ ਇਹ ਹੈ ਵੀ ਜੋ ਦੇਖਿਆ ਉਹ ਦਿਖਾਉਣਾ ਉਹੀ ਦਿਖਾਇਆ ਜੇ ਅਸੀਂ ਭਾਸ਼ਾ ਤਬਦੀਲ ਕਰਕੇ ਉਹਨੂੰ ਉੱਦਾਂ ਕਰਤਾ ਫਿਰ ਉਹ ਸਵਾਲ ਨਹੀਂ ਆਉਣਾ ਜੀ। 2015 ਦੀ ਗੱਲ ਹੋਣੀ ਆ ਸ਼ਾਇਦ ਠੀਕ ਹੈ 14 'ਚ ਆਪਾਂ ਐਪੀਸੋਡ ਸ਼ੁਰੂ ਕੀਤੇ 15 'ਚ ਮੈਂ ਮਨਪ੍ਰੀਤ ਅਤੇ ਹਰਰੂਪ ਠੀਕ ਹੈ ਸੰਧੂ ਅਸੀਂ ਚਲੇ ਗਏ ਗ੍ਰਿਫਤ ਖੇਡਾਂ ਦੇਖਣ। ਅਸੀਂ ਭਾਈ ਪੂਰਾ ਧਾਰ ਕੇ ਗਏ ਵੀ ਐਤਕੀ ਗ੍ਰਿਫਤ ਖੇਡਾਂ 'ਚ ਪੂਰਾ ਕਰਾਂਗੇ ਬਣਾਵਾਂ ਬਣਾਵਾਂਗੇ। ਉਹ ਅਸੀਂ ਕੀ ਕੀਤਾ ਜੀ ਸਾਨੂੰ ਉਹ ਕਿਤੇ ਨਾ ਕਿਸੇ ਨੇ ਜਾਕਟਾਂ ਗਿਫਟ ਕੀਤੀਆਂ ਸਾਨੂੰ ਗ੍ਰਿਫਤ ਤੋਂ ਹੀ ਆਪਣੇ ਰੇਡੀਓ ਨਾਲ ਜੁੜੇ ਹੋਏ ਸਨ ਠੀਕ ਹੈ ਅਤੇ ਉਹਨਾਂ ਨੇ ਸਾਨੂੰ ਨਾ ਜੈਕਟਾਂ ਜਾਂ ਗਿਫਟ ਕੀਤੀਆਂ ਜਿਨ੍ਹਾਂ ਦੇ ਮਗਰ ਅਖਬਾਰ ਪੰਜਾਬੀ ਅਖਬਾਰ ਹਰਮਨ ਰੇਡੀਓ ਇੱਦਾਂ ਲਿਖਿਆ ਹੋਇਆ ਸੀ ਠੀਕ ਹੈ ਜੀ ਵੀ ਉਹ ਪਤਾ ਲੱਗੇ ਵੀ ਇਹ ਟੀਮ ਫਿਰਦੀ ਆ। ਹਾਂਜੀ। ਉਹ ਭਾਈ ਹਰਰੂਪ ਨੇ ਪਾ ਲਈ ਜੈਕਟ ਜੀ ਮੈਂ ਵੀ ਇੱਕ ਪਾ ਲਈ ਉਹ ਪਤਾ ਨਹੀਂ ਇੱਕ ਹੋਰ ਕਹਿੰਦਾ ਮੈਂ ਗਰਾਊਂਡ ਜਾਣਾ ਮੈਂ ਆਪਦੀ ਉਹ ਲਾ ਕੇ ਦੇਤੀ ਉਹ ਜੈਕਟਾਂ ਪਾਈਆਂ ਕਰਕੇ ਪਛਾਣ ਜੀ ਹੋ ਗਈ। ਹਾਂਜੀ। ਅਤੇ ਉਹ ਗੱਲਾਂ ਕਰਦੇ ਕਰਾਉਂਦੇ ਇੱਦਾਂ ਗੇਮ ਚੱਲੀ ਗਈ ਅਤੇ
ਅਸੀਂ ਬਾਥਰੂਮ 'ਚ ਚਲੇ ਗਏ, ਵਾਸ਼ਰੂਮ 'ਚ ਵੀ ਚੱਲ ਹੌਲੇ ਹੋਣ। ਹਾਂਜੀ ਅਤੇ ਚਲੋ ਜੀ ਉੱਥੇ ਜਦੋਂ ਗਏ ਉੱਥੇ ਕਿਤੇ ਇੱਕ ਨਾ ਨਿਊਜ਼ੀਲੈਂਡ ਤੋਂ ਸੀ ਸਾਡੇ ਸੱਜਣ ਮਿੱਤਰ, ਕਾਫੀ ਵੱਡੇ ਵਧੀਆ ਬੰਦੇ ਆ, ਕਾਫੀ ਚੰਗੇ ਪ੍ਰਬੰਧਕ ਆ ਕਬੱਡੀ ਦੇ। ਠੀਕ ਹੈ ਜੀ। ਅਤੇ ਉਹ ਥੋੜ੍ਹੀ ਜਿਹੀ ਉਹਨਾਂ 'ਚ ਸੀਗੀ ਪ੍ਰੋਬਲਮ ਵੀ ਥੋੜ੍ਹਾ ਦਾਰੂ ਵਾਹਵਾ ਪੀਂਦੇ ਸੀ। ਅੱਛਾ ਜੀ। ਅਤੇ ਹੁਣ ਗ੍ਰਿਫਤ ਦੇ ਵਿੱਚ ਚੋਰੀਆਂ ਚੁੱਪੇ ਹੀ ਕਰ ਸਕਦੇ ਹੋ ਜਦੋਂ ਇਹੋ ਜਿਹਾ ਟੂਰਨਾਮੈਂਟ ਇੱਦਾਂ ਨਹੀਂ ਹੋ ਸਕਦਾ। ਹਾਂਜੀ। ਅਤੇ ਉਹ ਪਰ ਸੈੱਟ ਹੋਏ ਹੋਏ ਸੀ। ਠੀਕ ਹੈ ਜੀ। ਅਤੇ ਜੋ ਸੈੱਟ ਹੋਏ ਅਸੀਂ ਐਂ ਖੜ੍ਹੇ ਹਾਂ ਵਾਸ਼ਰੂਮ 'ਚ ਸਾਰੇ ਜਣੇ ਆਪੋ ਲਾਈਨ 'ਚ। ਠੀਕ ਹੈ ਜੀ। ਅਤੇ ਹਰ ਰੂਪ ਵੀ ਖੜ੍ਹਾ ਨਾਲ, ਅਤੇ ਉਹ ਵੀ ਆ ਕੇ ਹਰ ਰੂਪ ਦੇ ਨਾਲ ਵਾਲੇ ਕੈਬਨ 'ਚ ਖੜ੍ਹ ਗਏ। ਠੀਕ ਹੈ ਜੀ। ਅਤੇ ਹਰ ਰੂਪ ਨੂੰ ਬੋਲਦੇ ਆ, ਤੁਸੀਂ ਬਾਈ ਕਿੱਥੋਂ, ਰੇਡੀਓ ਤੋਂ? ਹਾਂਜੀ। ਉਹ ਕਹਿੰਦਾ ਹਾਂਜੀ ਹਾਂਜੀ। ਅਖਬਾਰ ਤੋਂ? ਕਹਿੰਦਾ ਹਾਂਜੀ ਹਾਂਜੀ। ਅੱਛਾ ਹੋਰ ਕੀ ਕਰ? ਕਹਿੰਦਾ ਯੂਟਿਊਬ ਚੈਨਲ ਵਿੱਚ। ਅੱਛਾ ਅੱਛਾ ਜੀ ਅੱਛਾ। ਕਹਿੰਦਾ ਤੁਸੀਂ ਕਹਿੰਦਾ ਉਹਦੇ 'ਤੇ ਦਿਖਾਉਣੇ ਹੋਏ ਖੇਡਾਂ? ਕਹਿੰਦਾ ਹਾਂ। ਕਹਿੰਦਾ ਉਹਦੇ 'ਤੇ ਖੇਡਾਂ ਕਿਵੇਂ ਦਿਖਾ ਦਿੰਦੇ ਹੋ? ਕਹਿੰਦਾ ਰੇਡੀਓ 'ਤੇ ਕਿਵੇਂ ਦਿਖਾਈਆਂ ਜਾਂਦੀਆਂ ਖੇਡਾਂ? ਅੱਛਾ ਜੀ। ਅਤੇ ਕਿਵੇਂ ਉਹ ਐਂ ਜੀ ਕਰਕੇ ਉਹਨਾਂ ਦੀ ਵਾਰਤਾਲਾਪ ਚੱਲੀ ਗਈ। ਹਰ ਰੂਪਾ ਦਾ ਜੀ ਐਂ ਕਰਕੇ ਅਸੀਂ ਵੀਡੀਓ ਬਣਾਵਾਂਗੇ, ਉਹ ਬਾਅਦ 'ਚ ਯੂਟਿਊਬ 'ਤੇ ਪਾਵਾਂਗੇ, ਰੇਡੀਓ 'ਤੇ ਗੱਲਾਂ 'ਚ ਬਾਈ ਦੱਸ ਦੇਣਗੇ। ਅਤੇ ਵਧੀਆ ਜਿਹੀਆਂ ਗੱਲਾਂ ਕੀਤੀਆਂ ਉਸ ਬੰਦੇ ਨੇ। ਅਤੇ ਪਰ ਅਸੀਂ ਥੋੜ੍ਹਾ ਜਿਹਾ ਮਹਿਸੂਸ ਕਰੀਏ ਵੀ ਬੰਦਾ ਵੀ ਅਪਸੈਟ ਹੋ, ਦਾਰੂ ਜ਼ਿਆਦਾ ਪੀਤੀ ਹੈ, ਵੀ ਖੜ੍ਹਾ ਵੀ ਨਹੀਂ ਜਾ ਰਿਹਾ ਸੀ। ਠੀਕ ਹੈ ਜੀ। ਚਲੋ ਜੀ ਬਾਥਰੂਮ ਜਾਣ ਤੋਂ ਬਾਅਦ ਬਾਹਰ ਵਾਸ਼ ਬੇਸ਼ਨ ਕੋਲ ਆ ਗਏ, ਅਤੇ ਉੱਥੇ ਹੱਥ ਹੁੱਥ ਧੋ ਕੇ ਨਾ ਉਸ ਬੰਦੇ ਨੇ ਪੂਰੇ ਐਂ ਸ਼ਰਾਬੀਆਂ ਵਾਲੇ ਸਟਾਈਲ 'ਚ ਐਂ ਹੱਥ ਕੱਢਿਆ ਹਰ ਰੂਪ ਕਨੇ। ਅੱਛਾ ਜੀ। ਕਹਿੰਦਾ ਹੱਥ ਮਿਲਾਓ, ਉਹਨੇ ਰੂਪ ਨੇ ਹੱਥ ਕੱਢਿਆ। ਹਾਂਜੀ। ਕਹਿੰਦਾ ਆਪ ਜੀ ਨਾਲ ਪਿਸ਼ਾਬ ਕਰਕੇ ਬਹੁਤ ਚੰਗਾ ਲੱਗਿਆ। ਪਹਿਲੀ ਵਾਰ ਇਹ ਸ਼ਬਦ ਸੁਣਨ ਨੂੰ ਮਿਲੇ ਵੀ ਆਪਾਂ ਕਹਿੰਦੇ ਆਪ ਜੀ ਨਾਲ ਮਿਲ ਕੇ ਚੰਗਾ ਲੱਗਿਆ, ਆਪ ਜੀ ਨਾਲ ਰੋਟੀ ਖਾ ਕੇ ਚੰਗਾ। ਉਹਨਾਂ ਨੇ ਭਾਈ ਸਾਨੂੰ ਪਹਿਲੀ ਵਾਰ ਦੱਸਿਆ ਵੀ ਇੱਦਾਂ ਵੀ ਚੰਗਾ ਲੱਗ ਸਕਦਾ ਕਿਸੇ ਨੂੰ। ਵਾਹ ਵਾਹ। ਸੋ ਮਾਫੀ ਚਾਹੁੰਦੇ ਹਾਂ ਜੀ, ਪਰ ਇਹ ਗੱਲ ਮੈਥੋਂ ਰਹੀ ਨਹੀਂ, ਰਿਹਾ ਨਹੀਂ ਗਿਆ, ਕਿਉਂਕਿ ਜਦੋਂ ਗ੍ਰਿਫਤ ਦਾ ਨਾਂ ਆਉਂਦਾ ਇਹ ਗੱਲ ਚੇਤੇ ਆ ਜਾਂਦੀ ਹੈ, ਅਤੇ ਕਿਤੇ ਇਕੱਲੇ ਇਕਲਾਏ ਹੱਸ ਵੀ ਲੈਂਦੇ ਆਪਸ ਵਿੱਚ ਗੱਲ ਕਰਕੇ। ਇਸ ਨੂੰ ਇੱਦਾਂ ਦੇ ਮਹਾਨ ਬੰਦੇ ਵੀ ਹੈਗੇ ਨੇ, ਇੱਦਾਂ ਦੇ ਵੀ ਹੈਗੇ। ਪਰ ਚਲੋ ਦੋਸਤੋ, ਤੁਹਾਨੂੰ ਕਿੱਦਾਂ ਲੱਗਿਆ ਇਹ ਸਾਨੂੰ ਤੁਸੀਂ ਕਮੈਂਟਸ 'ਚ ਦੱਸ ਦਿਓਗੇ ਤਾਂ ਚੰਗਾ ਰਹੂਗਾ। ਬਿਲਕੁਲ। ਅਸੀਂ ਹੋਰ ਹੋ ਸਕਦਾ, ਹੁਣ ਤਾਂ ਸੁਖਵੰਤ ਹੋਰੇ 200 ਕਿਲੋਮੀਟਰ ਆਏ ਆ, ਅਗਲਾ ਪੜਾਅ ਸਾਡਾ 500 ਕਿਲੋਮੀਟਰ 'ਤੇ ਵੀ ਹੋ ਸਕਦਾ। ਬਿਲਕੁਲ ਜੀ। ਜਦੋਂ ਤੱਕ ਸਾਡਾ ਮਤਲਬ ਚੱਲਦਾ ਰਿਹਾ ਸਿਲਸਿਲਾ, ਕੋਈ ਪਤਾ ਨਹੀਂ, ਜਿਹੜੀਆਂ ਕਹਿੰਦੇ ਨੇ ਦੂਰੀਆਂ ਉਹ ਤਾਂ ਕੋਈ ਵੱਡੀ ਗੱਲ ਨਹੀਂ, ਜਦੋਂ ਤੱਕ ਤੁਹਾਡੇ ਦਿਲ ਮਿਲੇ ਹੋਏ ਨੇ ਫਿਰ ਦੂਰੀਆਂ ਜ਼ਿਆਦਾ ਮੈਟਰ ਨਹੀਂ ਕਰਦੀਆਂ। ਚਲੋ ਇਹ ਪ੍ਰੋਗਰਾਮ ਜਿਹੜਾ ਸੀਗਾ ਆਪਣਾ ਗ੍ਰਿਫਤ ਗੇਮਾਂ ਦਾ, ਬਾਈ ਨੇ ਮਤਲਬ ਸਾਰਾ ਜਿਹਾ ਦੱਸਿਆ ਹੈ, ਤਾਂ ਬਹੁਤ ਕੁਛ ਹੈ ਇਹ 'ਚ ਵੀ ਆਪਣਾ ਦੱਸਣ ਨੂੰ, ਪਰ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੈਨੂੰ ਵੀ ਮਹਿਸੂਸ ਹੋਈਆਂ ਜਾਂ ਤੁਹਾਨੂੰ ਵੀ ਮਹਿਸੂਸ ਹੋਈਆਂ ਹੋਣਗੀਆਂ, ਮੇਨ ਜਿਹੜਾ ਆਪਾਂ ਨਿਚੋੜ ਕੱਢਿਆ ਜੇ ਮੈਨੂੰ ਕੀ ਵਾਲਾ, ਉਹ ਬਹੁਤ ਵੱਡੀ ਗੱਲ ਹੈ ਜੀ। ਦੇਖੋ ਦੋਸਤੋ, ਬਾਈ ਅਕਸਰ ਮੈਨੂੰ ਕਹਿੰਦੇ ਹੁੰਦੇ ਆ ਗੱਲਾਂ 'ਚ ਬਾਤਾਂ 'ਚ, ਤੁਸੀਂ ਵੀ ਸੁਣਿਆ ਹੋਏਗਾ, ਕਿ ਜੇ ਤਾਂ ਕੁਛ ਮਤਲਬ ਅਸੀਂ ਮਾੜਾ ਕਿਹਾ ਤਾਂ ਉਹ ਸਾਨੂੰ ਦੱਸ ਦਿਓ, ਜੇ ਅਸੀਂ ਕੋਈ ਚੰਗਾ ਕਿਹਾ ਤਾਂ ਉਹ ਲੋਕਾਂ ਨੂੰ ਦੱਸ ਦਿਓ। ਬਿਲਕੁਲ ਸੁਖਵੰਤ, ਆਪਾਂ ਨਾ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਹੋਰ ਅਪਡੇਟ ਕਰ ਦਈਏ, ਉਹ ਇਹ ਆ ਵੀ ਬਹੁਤ ਸਾਰੇ ਸਵਾਲ ਆਉਣਗੇ ਗ੍ਰਿਫਤ ਖੇਡਾਂ 'ਚ ਹੁੰਦਾ ਕੀ ਕੁਛ। ਹਾਂਜੀ। ਤਾਂ ਉੱਥੇ ਮੇਨ ਤਾਂ ਦੇਖੋ ਕਬੱਡੀ ਅਟਰੈਕਸ਼ਨ ਆ। ਹਾਂਜੀ। ਠੀਕ ਆ। ਕਬੱਡੀ ਤੋਂ ਬਾਅਦ ਉੱਥੇ ਫੁੱਟਬਾਲ ਖੇਡੀ ਜਾਂਦੀ ਆ, ਉਸ ਤੋਂ ਬਾਅਦ ਉੱਥੇ ਰੱਸਾਕਸ਼ੀ ਹੁੰਦੀ ਆ ਲੇਡੀਜ਼ ਦੇ ਲਈ, ਜਿਹੜਾ ਇੱਕ ਵਧੀਆ ਉੱਥੇ ਬਾਈ ਰਣਜੀਤ ਖੇੜਾ ਅਤੇ ਉਹ ਚਰਨਾਮਤ ਬਾਈ ਹੋਰੇ ਬੜਾ ਪਿਆਰਾ ਜਿਹਾ ਇੱਕ ਕਨਸੈਪਟ ਰੱਖਦੇ ਹੁੰਦੇ ਆ ਮਿਊਜ਼ੀਕਲ ਚੇਅਰ ਦਾ, ਅਤੇ ਪਿੱਛੇ ਤਾਂ ਬੀਬੀਆਂ ਦੇ ਰੱਸਾਕਸ਼ੀ ਵੀ ਕਰਾਈ, ਅਤੇ ਉਹਨੂੰ ਬੜੇ ਵਧੀਆ ਢੰਗ ਨਾਲ ਮੈਨੇਜ ਕੀਤਾ ਜਾਂਦਾ। ਮੈਂ ਇੱਥੇ ਦੱਸਦਾ ਜੀ, ਸਾਡੇ ਮੇਲਿਆਂ ਦੀ ਨਾ ਜਿਹੜੇ ਕਿੰਨੇ ਵੀ ਖੇਡ ਮੇਲੇ ਹੁੰਦੇ ਆ ਚੰਗੇ ਚੰਗੇ, ਉਹਨਾਂ ਦੀ ਸ਼ਾਨ ਆ ਦੋ ਬੰਦੇ, ਬਾਈ ਰਣਜੀਤ ਖੇੜਾ ਅਤੇ ਬਾਈ ਚਰਨਾਮਤ ਸਿੰਘ। ਬਿਲਕੁਲ ਜੀ। ਜਿੰਨਾ 'ਚ ਇੱਕ ਮੈਚ ਉਹਨਾਂ ਦੇ ਹੱਥ 'ਚ ਆ, ਹਾਂਜੀ, ਬਸ ਚਿੜੀ ਨਹੀਂ ਚੁੱਕਦੀ। ਬਿਲਕੁਲ। ਉਹਨਾਂ ਨੂੰ ਇੱਕ ਤਾਂ ਤਜਰਬਾ ਹੀ ਇੰਨੇ ਸਾਲਾਂ ਦਾ ਹੋ ਗਿਆ, ਅਤੇ ਵੀ ਉਹਨਾਂ ਨੂੰ ਆਸਟ੍ਰੇਲੀਆ ਦੇ ਬੱਚੇ ਬੱਚੇ ਨੂੰ ਉਹ ਜਾਣਦੇ ਆ, ਅਤੇ ਬੱਚੇ ਬੱਚੇ ਦਾ ਰਿਕਾਰਡ ਕਰਦੇ ਆ, ਅਤੇ ਉਹਨਾਂ ਦਾ ਪਿਆਰ ਆ ਉਹਨਾਂ ਸਭ ਨਾਲ ਉਹਨਾਂ ਦਾ। ਬਿਲਕੁਲ। ਅਤੇ ਉਹ ਇੱਕ ਬਹੁਤ ਵੱਡੀ ਉਹ ਆ ਸਾਡੇ, ਉਹਨਾਂ ਦਾ ਜ਼ਿਕਰ ਕਰਨਾ ਇਸ ਐਪੀਸੋਡ 'ਚ ਜ਼ਰੂਰੀ ਬਣਦਾ ਸੀ। ਹਾਂਜੀ। ਅਤੇ ਦੂਜੀ ਮੈਂ ਇੱਥੇ ਦੱਸਦਾ ਵੀ ਜਿਹੜੀ ਕਬੱਡੀ ਅਤੇ ਕਲੇਸ਼, ਉਹ ਮੈਨੂੰ ਲੱਗਦਾ ਵੀ ਮੈਂ ਆਪਾਂ ਪੂਰਾ ਇੱਕ ਅਲਾਓ ਕਰੀਏ ਜੀ। ਬਸ ਮੈਂ ਇਸੇ ਲਈ ਗੱਲ ਛੇੜੀ ਆ ਵੀ ਅਗਲਾ ਐਪੀਸੋਡ ਜੇ ਹੁਣ ਅਸੀਂ ਚੰਗੀਆਂ ਗੱਲਾਂ ਸਾਡੀਆਂ ਦੱਸ ਸਕਦੇ ਹਾਂ ਜੀ, ਤਾਂ ਸਾਡੇ ਤੇ ਕਿਹੜਾ ਕਿਸੇ ਨੇ ਬੈਰੀਅਰ ਲਾਇਆ, ਗਾਲਾਂ ਕੱਢਣੀਆਂ ਤਾਂ ਕੱਢਣੀਆਂ ਹੀ ਆ। ਅਤੇ ਫਿਰ ਜਿਹੜੇ ਕਲੇਸ਼ ਆ ਕਬੱਡੀ ਦੇ, ਜਾਂ ਪਿਛਲੇ ਦਿਨਾਂ 'ਚ ਵੱਡੇ ਕੰਮ ਹੋਏ ਕਬੱਡੀ ਦੇ ਆਸਟ੍ਰੇਲੀਆ ਦੀ ਕਬੱਡੀ ਦੇ, ਉਹ ਵੀ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਅਗਲੇ ਐਪੀਸੋਡ 'ਚ। ਬਿਲਕੁਲ ਜੀ। ਅਤੇ ਮੈਨੂੰ ਲੱਗਦਾ ਅੱਜ ਸ਼ੋਅ ਥੋੜ੍ਹਾ ਵੱਡਾ ਹੋ ਗਿਆ ਜੀ, ਹੁਣ ਦੇ ਵੀ ਸਾਨੂੰ ਆ ਗਿਆ, ਅਗਲੇ ਸ਼ੋਅ 'ਚ ਮਿਲਦੇ ਹਾਂ ਜੀ ਅਸੀਂ ਫਿਰ ਅਗਲੀ ਥਾਂ 'ਤੇ ਕਿਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।